हेलो एंड ससिया काल जी मैं हा ਤੁਹਾਡਾ ਆਪਣਾ ਗੁਰਜੀਤ ਸਿੰਘ ਤੇ ਬਹੁਤ ਬਹੁਤ ਸਵਾਗਤ ਕਰਦਾ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੇ ਸ਼ੋਅ ਦੇ ਵਿੱਚ ਨਾ ਮੈਂ ਜਿਸ ਦਾ ਪੀਟੀਸੀ ਸੁਪਰਸਟਾਰ ਤੇ ਦੋਸਤੋ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਜੀ ਉਸ ਪੰਜਾਬੀ ਸਿੰਗਰ ਦੇ ਨਾਲ ਜਿਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਪੂਰੀ ਦੁਨੀਆ ਨੂੰ ਨੱਚਣ ਟੱਪਣ ਲਈ ਹਮੇਸ਼ਾ ਮਜਬੂਰ ਕੀਤਾ ਜੀ ਜੀ ਹਾਂ ਮੈਂ ਗੱਲ ਕਰ ਰਿਹਾ ਜੀ ਉਸ ਪੰਜਾਬੀ ਸਿੰਗਰ ਦੀ ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀਆਂ ਦਾ ਨਾਮ ਇੱਕ ਵੱਖਰੇ ਅੰਦਾਜ਼ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਕਰ ਦਿੱਤਾ ਜੀ ਮੈਂ ਗੱਲ ਕਰ ਰਿਹਾ ਜੀ ਲੈਂਬਰ ਹੁਸੈਨਪੁਰੀਆ ਜੀ ਦੀ ਆਫਰ ਕਰਦੇ ਆ ਉਹਨਾਂ ਨਾਲ ਖਾਸ ਮੁਲਾਕਾਤ ਲੈਂਬਰ ਵਾਈ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਪੀਟੀਸੀ ਸੁਪਰਸਟਾਰ ਵਿੱਚ ਤੁਹਾਡਾ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਗੁਰਜੀਤ ਪਾ ਜੀ ਸਭ ਤੋਂ ਪਹਿਲਾਂ ਪੀਟੀਸੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਸलाम ਕੀ ਹਾਲ ਹੈ ਮੈਂ ਤੁਹਾਡੀ ਸਭ ਤੋਂ ਪਹਿਲਾਂ ਜੇ ਗੱਲ ਕਰੀ ਨਾ ਕਿ ਬੰਦਾ ਕਿ ਕਿਸੇ ਬੰਦੇ ਦੀ ਕਿਹੜੀ ਚੀਜ਼ ਵੱਲ ਪ੍ਰਭਾਵਿਤ ਹੁੰਦਾ ਅਟਰੈਕਟ ਹੁੰਦਾ ਤਾਂ ਮੈਂ ਕਹਿਣਾ ਚਾਹਾਂਗਾ ਤੁਹਾਡੀ ਸਮਾਈਲ ਜਿਹੜੀ ਹਮੇਸ਼ਾ ਤੁਹਾਡੇ ਚਿਹਰੇ ਤੇ ਇਸੇ ਤਰ੍ਹਾਂ ਬਰਕਰਾਰ ਰਹਿੰਦੀ ਹੈ ਤੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਵੀ ਸਾਡੀ ਜੀ ਕਿਰਪਾ ਜੀ ਬਸ ਦਰਸ਼ਕਾਂ ਦੀ ਕਿਰਪਾ ਤੇ ਪਰਮਾਤਮਾ ਦੀ ਕਿਰਪਾ ਕਿਆ ਬਾਤ ਹੈ ਇਹ ਤਾਂ ਡਿਵਰਗੇ ਭਰਾਵਾਂ ਦੀ ਤੁਸੀਂ ਵੀ ਘਟ ਨਹੀਂ ਹੈਗੇ ਜੀ ਤੁਸੀਂ ਤਾਂ ਵਾਲੇ ਸੁਣ ਬਿਲਕੁਲ ਬਾਈ ਥੈਂਕ ਯੂ ਸੋ ਮੱਚ ਤੇ ਆਲਮੋਸਟ 30000 ਕਿ ਹੋ ਗਏ ਤੁਹਾਨੂੰ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਕਿ ਨਹੀਂ ਤੇ ਉਹਦੇ ਨਾਲ ਨਾਲ ਨਾ ਸਿਰਫ ਪੰਜਾਬੀ 뮤זיਕ ਇੰਡਸਟਰੀ ਫਿਲਮ ਇੰਡਸਟਰੀ ਵੀ ਤੇ ਬਾਲੀਵੁੱਡ ਵਿੱਚ ਵੀ ਤੁਸੀਂ ਕਮਾਲ ਦਿਖਾਈ ਆਪਣੀ ਆਪਣੀ ਗਾਇਕੀ ਦਾ ਕਮਾਲ ਤੁਸੀਂ ਦਿਖਾਇਆ ਕੀ ਫੀਲ ਕਰਦੇ ਹੋ ਹੁਣ ਤੱਕ ਦੇ ਆਪਣੇ ਸਾਰੇ ਸਫਰ ਨੂੰ ਜੇ ਆਪਾਂ ਮੱਧਿਆ ਨਜ਼ਰ ਰੱਖੀਏ ਤਾਂ ਭਾਜੀ ਸ਼ੁਰੂ ਤੋਂ ਲੈ ਕੇ ਇਹੇ ਗੱਲਾਂ ਨੂੰ ਬੰਦਾ ਅੜੀਕਦਾ ਵੀ ਮੈਂ ਕਦੇ ਸਕਸੈਸਫੁਲ ਹੋਮਾ ਸੋ ਜਿਹੜੇ ਮੇਰੇ ਅੰਦਰ ਅੱਗ ਸੀਗੀ ਉਹ ਮੈਂ ਕੱਢੀ ਅਜੇ ਥੋੜੀ ਜਿਹੀ ਹੈਗੀ ਐ ਕੱਢਣੀ ਆ ਸੋ ਬਹੁਤ ਅੱਛਾ ਫੀਲ ਹੋ ਰਿਹਾ ਕਿ ਇੱਕ ਗਰੀਬ ਪਰਿਵਾਰ ਚੋਂ ਨਿਕਲ ਕੇ ਤੁਸੀਂ ਗਾਂ ਇੰਨੇ ਵੱਡੇ ਕੰਪੀਟੀਸ਼ਨ ਦੇ ਜੋਗ ਵਿੱਚ ਕਿਸੇ ਲਾਈਨ ਦੇ ਵਿੱਚ ਖੜੇ ਹੋਣਾ ਇਹ ਪਰਮਾਤਮਾ ਦੀ ਬਖਸ਼ਿਸ਼ ਆ ਜੀ ਮੈਂ ਬਹੁਤ ਖੁਸ਼ਕਿਸਮਤ ਆ ਕਿ ਮੈਨੂੰ ਇਹ ਆਰਟਿਸਟਾਂ ਦੇ ਵਿੱਚ ਖੜਾ ਹੋਣ ਦਾ ਮੌਕਾ ਦਿੱਤਾ ਪਰਮਾਤਮਾ ਨੇ ਸੋ ਬਹੁਤ ਗੁੱਡ ਫੀਲ ਹੋ ਰਿਹਾ ਬਹੁਤ ਅੱਛਾ ਤੁਸੀਂ ਸਿਰਫ ਖੜੇ ਨਹੀਂ ਹੋਏ ਹੈਗੇ ਤੁਸੀਂ ਇੱਕ ਚਮਕਦਾ ਸਿਤਾਰਾ ਹੋ ਪੰਜਾਬੀ 뮤직 ਇੰਡਸਟਰੀ ਦਾ ਕਿਨੇ ਜਦ ਜਨਾ ਦੇ ਗਾਣੇ ਸੁਣਦੇ ਆ ਤਾਂ ਕਦਮ ਥਿਰਕਣੇ ਆਪਣੇ ਆਪ ਸ਼ੁਰੂ ਹੋ ਜਾਂਦੇ ਨੇ ਬਿਲਕੁਲ ਜੀ ਤੇ ਇਹਦੇ ਕੋਈ ਕੋਈ ਸ਼ੱਕ ਨਹੀਂ ਜੀ ਕਿਉਂਕਿ ਗਾਣੇ ਸਾਰੇ ਬੀਟੀ ਗਾਇਆ ਮੈਂ ਜਿਹਨੇ ਗਾਇਆ ਹੈ ਅੱਛਾ ਕਿੰਨੇ ਸਾਲਾਂ ਦੀ ਉਮਰ ਸੀਗੀ ਜਦੋਂ ਪਹਿਲੀ ਦਫਾ ਤੁਸੀਂ ਕੋਈ ਗਾਣਾ ਗਾਇਆ ਸੀਗਾ ਮੈਂ ਦੂਜੀ ਤੀਜੀ ਕਲਾਸ ਚ ਬਾਲ ਸਭਾ ਤੋਂ ਸ਼ੁਰੂ ਹੈ ਜੀ ਅੱਛਾ ਜੀ ਸੈਚਰਡੇ ਨੂੰ ਜਿਹੜੇ ਸਕੂਲ ਦੇ ਵਿੱਚ ਟੀਚਰ ਲਾਉਂਦੇ ਹੁੰਦੇ ਸੀ ਹਾਂਜੀ ਹਾਂ ਹਾਂ ਸੋ ਉਦੋਂ ਤੋਂ ਮੈਂ ਸ਼ੁਰੂਆ ਤੇ ਪੰਜਵੀਂ ਛੇਵੀਂ ਤੋਂ ਮੈਂ ਜਗਰਾਤੇ ਸ਼ੁਰੂ ਕਰਤੇ ਸੀ 9 ਸਾਲ ਜਗਰਾਤੇ ਕੀਤੇ ਆ ਜੀ ਵਾਹ ਜੀ ਵਾਹ ਉਸ ਤੋਂ ਬਾਅਦ ਫਿਰ ਚੱਲ ਸੋ ਚੱਲ ਬਸ ਕਿਆ ਵਲ ਇਹ ਇੰਟਰਸਟ ਕਿਤਨਾ ਵੈ ਮੈਂ ਫੈਮਿਲੀ ਵਿੱਚ ਸੀਗਾ ਜਾਂ ਫਿਰ ਆਪਣੇ ਆਪ ਹੀ ਅੰਦਰੋਂ ਹੀ ਕੋਈ ਆਵਾਜ਼ ਆਈ ਵੀ ਆਪਾਂ ਵੀ ਗਾਇਕੀ ਵੱਲ ਜਾਣਾ ਨਹੀਂ ਜ਼ਿਆਦਾਤਰ ਤਾਂ ਫੈਮਿਲੀ ਚ ਹੀ ਹੁੰਦਾ ਜੀ ਕਿਉਂਕਿ ਪ੍ਰੋਫੈਸ਼ਨਲ ਤਾਂ ਨਹੀਂ ਕਿਸੇ ਨੇ ਕੋਈ ਅਪਣਾਇਆ ਇਸ ਚੀਜ਼ ਨੂੰ ਹਾਂ ਹਾਂ ਤੇ ਮੇਰੇ ਫਾਦਰ ਸਾਹਿਬ ਬ੍ਰਦਰ ਸਾਰੇ ਇਹ ਚਾਰ ਬ੍ਰਦਰਾਂ ਤੇ ਸਾਰਿਆਂ ਨੂੰ 뮤직 ਨਾਲ ਬਹੁਤ ਲਗਾ ਸੀ ਹੂੰ ਹੂੰ ਤੇ ਚਲੋ ਮੇਰੇ ਹਿੱਸੇ ਆ ਗਿਆ ਚਲੋ ਮੈਂ ਇਸ ਇਸ ਲਾਈਨਸ ਨਿਕਲ ਆਇਆ ਹਾਂ ਹਾਂ ਸੋ ਪਿਆਰ ਸਾਰੇ ਕਰਦੇ ਜੀ ਕਿਸੇ ਨੇ ਰੋਕਿਆ ਟੋਕਿਆ ਨਹੀਂ क्या? अच्छा जो ਤੁਸੀਂ ਕਿ ਫੈਮਲੀ ਵਿੱਚ ਸੀਗਾ ਪਰ ਉਹਨਾਂ ਦਾ ਨਾਮ ਅੱਗੇ ਨਹੀਂ ਆ ਸਕਿਆ ਕਦੇ ਕਿ ਨਹੀਂ ਤੇ ਪਰਿਵਾਰ ਵਿੱਚ ਗਰੀਬੀ ਵੀ ਸੀ ਕਿਤਨਾ ਕਿਤੇ ਕਿ ਫਾਈਨੈਂਸ਼ੀਅਲ ਤੌਰ ਤੇ ਬਹੁਤ ਸੀ ਥੋੜੀ ਨਹੀਂ ਹਾਂ ਬਹੁਤ ਸੀ ਪਰ ਉਹਨਾਂ ਦਿਨ ਹੁੰਦੇ ਤਾਂ ਨਹੀਂ ਹੋਣੇ ਸੀਗੇ ਜੀ ਹਾਂ ਹਾਂ ਉਹ ਵੀ ਮੇਰੇ ਲਈ ਬਹੁਤ ਵੱਡਿਆ ਜੀ ਹਾਂ ਹਾਂ ਕੀ ਬਾਤ ਹੈ ਉਹਨਾਂ ਵਾਰ ਵੀ ਆਪਾਂ ਗੱਲ ਜ਼ਰੂਰ ਕਰਾਂਗੇ ਤਾਂ ਕਿਨੇ ਪਹਿਲੀ ਦਫਾ ਤੁਹਾਡੀ ਉਂਗਲੀ ਫੜੀ ਜਾਂ ਤੁਹਾਨੂੰ ਹਲਕਾ ਜਾ ਕੇ ਆ ਵੀ ਲੈਂਬਰ ਆ ਜਾ ਵਸਤੋਂ ਦੇਖ ਹੀ ਜਾਓਗੇ ਆਪਾਂ ਸਾਂਭ ਲਾਂਗੇ ਤੁਹਾਡੇ ਅੰਦਰ ਦੀ ਆਵਾਜ਼ ਸੀ ਜਾਂ ਕਿਹਨੇ ਇਦਾਂ ਕਰਾਇਆ ਜੀ ਮੇਰੇ ਸਭ ਤੋਂ ਪਹਿਲਾਂ ਤਾਂ ਮੇਰੀ ਫੈਮਿਲੀ ਨੇ ਕਿਹਾ ਸੀਗਾ ਵੀ ਤੁਸੀਂ ਵੀ ਜੋ ਕਰਨਾ ਤੁਸੀਂ ਕਰੋ ਹਾਂ ਹਾਂ ਵੀ ਜੇ ਪੜ੍ਹਨਾ ਪੜੋ ਜੇ ਗਾਉਣਾ ਤਾਂ ਮੈਂ ਕਿਉਂਕਿ ਸੀ ਡਰਾਮੇ ਡਰਾਮਿਆਂ ਦੇ ਵਿੱਚ ਮੈਂ ਤੇ ਮੇਰਾ ਵੱਡਾ ਬ੍ਰਦਰ ਲਵ ਕੁਸ਼ ਦਾ ਰੋਲ ਕਰਦੇ ਹੁੰਦੇ ਸੀ ਅੱਛਾ ਜੀ ਤੇ ਸਾਰੇ ਬ੍ਰਦਰ ਅਸੀਂ ਮਤਲਬ ਵੱਡੇ ਬ੍ਰਦਰ ਜਿਹੜੇ ਤੁੰਬੀ ਵਜਾਉਂਦੇ ਸੀ ਬਾਜਾ ਵਜਾਉਂਦੇ ਸੀ ਅਜੀਤ ਸਿੰਘ ਹਾਂ ਹਾਂ ਤੇ ਸਾਰਿਆਂ ਨੂੰ ਲਗਾਉ ਸੀਗਾ ਤੇ ਉਸ ਤੋਂ ਬਾਅਦ ਫਿਰ ਕੁਝ ਯਾਰ ਦੋਸਤ ਜਿਹੜੇ ਆ ਉਹਨਾਂ ਨੇ ਵੀ ਉਂਗਲੀ ਫੜੀ ਵੀ ਤੂੰ ਘਰ ਨਾ ਬੈਠ ਕੋਈ ਨਹੀਂ ਅਸੀਂ ਤੇਰੇ ਮਗਰ अच्छा जी सो ਉਹਨਾਂ ਦਾ ਤੇ ਪਰਿਵਾਰ ਦਾ ਬਹੁਤ ਸਹਿਯੋਗ ਰਿਹਾ ਜੀ ਹਾਂ ਜਿਨ੍ਹਾਂ ਨੇ ਅੱਗੇ ਤੋਰਿਆ ਜੀ ਪਿੱਛੇ ਨੂੰ ਦੇਖਣ ਨਹੀਂ ਦਿੱਤਾ ਕਿ ਟੋਕਿਆ ਨਹੀਂ ਬਸ ਕਿਸੇ ਦਾ اچھا ਤੁਸੀਂ ਦੱਸਿਆ ਤਾਂ ਹੈਗਾ ਸੀ ਵੀ ਥੋੜੀ ਨਹੀਂ ਬਹੁਤ ਗਰੀਬੀ ਦੇਖਣੀ ਪਈਏ ਮੈਨੂੰ ਕਿ ਨਹੀਂ ਤੇ ਜੇ ਥੋੜਾ ਵਿਸਤਾਰ ਚ ਦੱਸੂਗੇ ਸਾਨੂੰ ਵੀ ਉਹ ਜਿਹੜਾ ਸਟਰਗਲ ਦਾ ਟਾਈਮ ਸੀਗਾ ਉਹ ਜਿਹੜਾ ਤੋਰੇ ਫੇਰੇ ਵੀ ਉਦੋਂ ਹੁੰਦੇ ਜਦੋਂ 뮤직 ਵਿੱਚ ਬੰਦਾ ਆਉਂਦਾ ਹੈ ਕਿ ਨਹੀਂ ਉਹਦੇ ਖਰਚੇ ਵੀ ਕੱਢਣੇ ਹੁੰਦੇ ਨੇ ਘਰ ਦਾ ਖਰਚਾ ਵੀ ਕੱਢਣਾ ਹੁੰਦਾ ਫਿਰ ਉਹ ਦੌਰ ਕਿਹੋ ਜਿਹਾ ਸੀ ਸਟਰਗਲ ਦਾ ਪੀਰੀਅਡ ਹੈ ਤਾਂ ਭਿਆਨਕ ਸੀਗਾ ਬਹੁਤ ਕਿਉਂਕਿ ਉਹਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਲ ਸੀ ਗਰੀਬੀ ਸੀ ਕੱਚਾ ਘਰ ਸੀਗਾ ਕਿਉਂਕਿ ਪੀਟੀਸੀ ਤੇ ਬਹੁਤ ਸਾਰੇ ਮੇਰੇ ਦੋਸਤ ਜਿਹੜੇ ਮੇਰੇ ਨਾਲ ਪੜੇ ਹੋਣਗੇ ਮੇਰੇ ਪਿੰਡ ਨਗਰ ਦੇ ਆਲੇ ਦੁਆਲੇ ਦੇ ਜੀ ਕਿਉਂਕਿ ਜ਼ਿਆਦਾਤਰ ਲੋਕ ਝੂਠ ਬੋਲਦੇ ਆ ਪਰ ਝੂਠ ਦੇ ਪਿਆਰ ਨਹੀਂ ਹੁੰਦੇ ਬਿਲਕੁਲ ਸੋ ਮੈਂ ਗਰੀਬੀ ਦੇ ਵਿੱਚ ਮੈਂ ਘਰ ਚ ਰੋਟੀ ਬਣਾਉਂਦਾ ਦਾ ਜ 8 ਸਾਲ ਮੈਂ ਰੋਟੀ ਬਣਾਈ ਆ ਮੰਮੀ ਨਹੀਂ ਸੀ ਸਿਸਟਰ ਨਹੀਂ ਸੀ ਅੱਛਾ ਜੀ ਤੇ ਮੈਂ ਛੋਟਾ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਸਕੂਲ ਤੋਂ ਜਾ ਕੇ ਛਿੱਟੇ ਤੁਗੜੇ ਫਿਰ ਉਹ ਕੁੱਟਣੇ ਹਵਾ ਚੜਾਉਣੇ ਫਿਰ ਉਹ ਗੱਲੇ ਚ ਪੈਸੇ ਜਮਾ ਕਰਨੇ ਅੱਛਾ ਜੀ ਤੇ ਫਿਰ ਵਿੱਚ ਇੱਕ ਕੁਲਫੀ ਵੀ ਖਾਣੀ ਜਾਂ ਟ੍ਰੋਫੀ ਵਗੈਰਾ ਕੁਝ ਖਾਣੀ ਤੇ ਵੈਸੇ ਤਾਂ ਦਿਲ ਨਹੀਂ ਕਰਦਾ ਹੁੰਦਾ ਜੀ ਵਿੱਚ ਇੱਕ ਪੈਸਾ ਵੀ ਹਿੱਲ ਜਾਏ ਹਾਂ ਹਾਂ ਤੇ ਪਹਿਲੀ ਟੇਪ ਮੇਰੀ 87 ਚ ਹੋ ਗਈ ਸੀਗੀ ਭਗਵਾਨ ਵਾਲਮੀਕ ਜੀ ਦੀ ਸੀ ਭਜਨ ਦੀ 1900 ਰੁਪਏ ਦੀ ਡਿੱਕ ਦੀ ਰਿਕਾਰਡਿੰਗ ਸੀਗੀ ਜੀ ਅੱਛਾ ਜੀ ਤੇ ਉਤੋਂ ਫਿਰ ਭਾਗ ਲੱਗਿਆ ਜੀ ਤੇ ਇਹ ਜਿਹੜੇ ਉਹ ਮਿਹਨਤ ਕੀਤੀ ਆ ਕਾਚੀ ਲੱਗਿਆ ਮੇਰੇ ਪੈਰ ਤੇ ਜਦੋਂ ਸਿੱਟੇ ਚੁੱਕ ਦਿਆਂਦੇ ਹਾਂ ਹਾਂ ਕੰਪੈਨ ਦੇ ਮਗਰਬੂਰੀ ਪਿੱਛੇ ਲਾ ਕੇ ਤੇ ਮੈਂ ਛਿੱਟੇ ਚੁੱਕਦਾ ਤੇ ਕੱਚ ਲੱਗਾ ਉਹ ਮੇਰੇ ਹਜੇ ਵੀ ਨਿਸ਼ਾਨ ਹੈ ਓਏ ਹੋਏ ਸੋ ਬਹੁਤ ਕੁਝ ਉਹਨਾਂ ਦਿਨਾਂ ਨੇ ਦਿੱਤਾ ਜੀ ਜੇ ਉਹ ਨਾ ਹੁੰਦੇ ਤੇ ਮੇਰਾ خیال ਮੈਂ ਅੱਜ ਤੁਹਾਡੇ ਸਾਹਮਣੇ ਨਾ ਹੁੰਦਾ ਬਾਜੀ ਵਾਹ ਕੀ ਬਾਤ ਹੈ ਬਿਲਕੁਲ ਤੁਹਾਡੀਆਂ ਅੱਖਾਂ ਤੋਂ ਤੁਹਾਡੀਆਂ ਅੱਖਾਂ ਵਿੱਚ ਆਈ ਨਮੀ ਤਾਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਦਿਨ ਕਿੰਨੇ ਕਿੰਨੇ ਪਿਆਨਕ ਸੀਗੇ ਪਰ ਉਹਨਾਂ ਨੂੰ ਤੁਸੀਂ ਚੇਤੇ ਰੱਖਦੇ ਹੋ ਤਾਂ ਉਹ ਚੇਤੇ ਰੱਖੇ ਨੇ ਤਾਂ ਹੀ ਅੱਜ ਅੱਗੇ ਵਧ ਰਹੇ ਤੁਸੀਂ ਬਿਲਕੁਲ ਤੇ ਇੱਕ ਕਿਹੜਾ ਉਦੋਂ ਗਾਣਾ ਹੁੰਦਾ ਸੀ ਜਦੋਂ ਛਿੱਟੇ ਚੁੱਕਦੇ ਹੁੰਦੇ ਸੀਗੇ ਜਾਂ ਐਦਾਂ ਦੇ ਸਟ੍ਰਗਲ ਕਰਨੀ ਪੈਂ अपना गाना ਸੀ ਕਿਸੇ ਦਾ ਗਾਣਾ ਸੀ ਮੈਂ ਕੁਲਦੀਪ ਮਾਨਕ ਜੀ ਨੂੰ ਬਹੁਤ ਪਸੰਦ ਕਰਦਾ ਜੀ ਕਿਉਂਕਿ ਉਹਨਾਂ ਦੇ ਗਾਣੇ ਤੇਰੇ ਟਿੱਲੇ ਤੋਂ ਮਨਸੂਰਤ ਦੀ जाहीर ਦੀ ਤੇ ਕਹਿੰਦੇ ਗੋਰੀਆ ਮੁਕੱਦਮਾ ਕਰਿਆ ਪਗਤ ਸਿੰਘ ਸੂਰਮੇ ਤੇ ਇਹ ਮੈਂ ਗਾਣਾ ਪਹਿਲਾਂ ਗਾਉਣਾ ਆਂਦਾ ਸੀਗਾ ਅੱਛਾ ਜੀ ਸੋ ਇਹੀ ਸਕੂਲ ਤੋਂ ਸ਼ੁਰੂ ਹੋਇਆ ਤੇ ਇਤੋਂ ਹੀ ਫਿਰ ਮਾਨਕ ਸਾਹਿਬ ਨੇ ਗਾਣੇ ਗਾਏ ਜਿੰਨੇ ਗਾਏ ਪਹਿਲਾਂ ਤੇ ਆਪਾਂ ਯਾਦ ਮੜੀ ਜੀ ਤਾਜ਼ਾ ਕਰੀਏ ਪਹਿਲਾਂ ਕੋਈ ਐਦਾਂ ਦੇ ਗਾਣੇ ਮੈਂ ਦੋ ਹੀ ਲੰਨਾ ਕਹਿ ਦਿੰਦਾ ਹੁਣ ਤਾਂ ਹਾਂ ਜੀ ਕਹਿੰਦੇ ਗੋਰੀਆ ਮੁਕੱਦਮਾ ਕਰਿਆ ਪਗਤ ਸਿੰਘ ਸੂਰਮੇ ਤੇ ਕਿੰਦੇ ਗੋਰੀਆਂ ਹਾਂ ਮਾਨਕ ਸਿੰਘ ਸਾਹਿਬ ਦੇ ਗੀਤ ਬਾਜੀ ਐਸੇ ਆ ਨਾ ਜਿ ਜਦੋਂ ਸ਼ੇਰ ਲੋ ਲੜੀ ਖੁੱਲ ਜਾਂਦੀ ਇਹ ਤਾਂ ਗੱਲ ਸਹੀ ਬਹੁਤ ਸਾਰੇ ਗਾਣੇ ਗਾਇਆ ਤੇਰੇ ਟਿੱਲੇ ਤੋਂ ਬੰਦੇ ਵਿਚ ਰੜਕ ਨਾ ਹੋਵੇ ਫਿਰ ਜਿੰਨੇ ਵੀ ਉਹਨਾਂ ਦੇ ਗਾਣੇ ਆ ਨਾ ਬਹੁਤ ਗਾਏ ਫਿਰ ਮੈਂ ਸਾਰਿਆਂ ਦੇ ਗਾਏ ਬਾਅਦ ਚ ਸਰਦੂਲ ਬਾਜੀ ਦੇ ਹਾਂਸ ਬਾਜੀ ਦੀ ਮਲਕੀਤ ਭਾਈ ਦੀ ਸਾਰਿਆਂ ਦੇ ਗਾਏ ਆ ਹਾਂ ਕੀ ਬਾਤ ਹੈ ਕੀ ਅੱਛਾ ਜਦੋਂ ਹੌਲੀ ਹੌਲੀ ਕਹਿੰਦੇ ਵੀ ਸਕਸੈਸ ਮਿਲਣੀ ਸ਼ੁਰੂ ਹੁੰਦੀ ਹੈ ਕਿ ਨਹੀਂ ਜੀ ਤੇ ਜਿਹੜਾ ਫਿਰ ਗਰੀਬੀ ਦਾ ਦੌਰ ਸੀਗਾ ਜੀ ਤੇ ਥੋੜਾ ਥੋੜਾ ਫਿਰ ਉਹ ਮਤਲਬ ਪਰੇ ਹਟਦਾ ਕਿ ਨਹੀਂ ਜੀ ਤੇ ਉਹ ਜਦੋਂ ਸਕਸੈਸ ਮਿਲਣੀ ਸ਼ੁਰੂ ਹੋਈ ਉਦੋਂ ਫਿਰ ਸਭ ਤੋਂ ਜ਼ਿਆਦਾ ਥੈਂਕਸ ਕਿਹਦਾ ਤੁਸੀਂ ਕੀਤਾ ਤੇ ਸਭ ਤੋਂ ਜ਼ਿਆਦਾ ਜਿਹੜਾ ਸੀਗਾ ਤੁਸੀਂ ਆਪਣੇ ਆਪ ਵਿੱਚ ਆਪਣੇ ਇੱਕ ਮਾਹੌਲ ਨੂੰ ਢਾਲਿਆ ਕਿ ਨਹੀਂ ਤੁਹਾਡੇ ਲਈ ਇੱਕ ਜ਼ਿੰਦਗੀ ਤਬਦੀਲ ਚੇਂਜ ਹੋ ਰਹੀ ਸੀਗੀ ਤਾਂ ਉਦੋਂ ਕੀ ਫੀਲ ਹੋ ਰਿਆ ਸੀ ਆਪਣੇ ਆਪ ਦੇ ਵਿੱਚ ਉਦੋਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਉਹਨਾਂ ਦਾ ਧੰਨਵਾਦ ਹੈ ਮਾਂ ਬਾਪ ਭੈਣਾ ਭਰਾਵਾਂ ਦਾ ਉਹਨਾਂ ਦੋਸਤਾਂ ਮਿੱਤਰਾਂ ਦਾ ਰਹਿਣੀ ਆ ساری ਉਮਰ ਰਹਿਣੀ ਆ ਹਾਂ ਜਿੰਨਨ ਮੈਨੂੰ ਅੱਗੇ ਇੱਥੇ ਤੱਕ ਲਿਆਂਦਾ ਉਹ ਕੁਲਦੀਪ ਨੇ ਆਲੂ ਵਾਲਿਆ ਮੇਰਾ ਦੋਸਤ ਆ ਜੋ ਇਸ ਦੁਨੀਆ 'ਚ ਨਹੀਂ ਹੈਗਾ ਜਿੰਨੇ ਬਹੁਤ ਵੱਡਾ ਉਪਰਾਲਾ ਕੀਤਾ ਅੱਛਾ ਜੀ ਕਿਉਂਕਿ ਮੈਂ ਆਫਿਸ ਖੋਲ ਲਿਆ ਉਹਨੇ ਮੇਰਾ ਆਫਿਸ ਖਿਲਾਇਆ ਮੇਰੀ ਰੈਸਲ ਕਰਾਉਂਦਾ ਹੁੰਦਾ ਸੀ ਉਹ ਖੁਦ ਗਰੀਬ ਸੀਗਾ ਉਹਦੀ ਮੰਮੀ ਘਾ ਖੋਦ ਕੇ ਜਾਂ ਕਿਸੇ ਤਰ੍ਹਾਂ ਮਤਲਬ ਗਰੀਬੀ ਦਾਵੇ ਚ ਪੈਸੇ ਇਕੱਠੇ ਕਰਕੇ ਉਹਨੂੰ ਪੜਾਉਂਦੀ ਹੁੰਦੀ ਸੀ ਤੇ ਉਹ ਪੈਸੇ ਮੇਰੇ ਦਫਤਰ ਦੇ ਕਿਰਾਏ ਚ ਦੇ ਦਿੰਦਾ ਹੁੰਦਾ ਸੀ ਅੱਛਾ ਜੀ ਸੋ ਉਹਨਾਂ ਦਾ ਵੀ ਮੈਂ ਬਹੁਤ ਰੀਣੀ ਆ ਕਿਉਂਕਿ ਮੈਨੂੰ ਮੈਂ ਕਰਜ਼ਦਾਰ ਆ ਪਰ ਫਿਰ ਵੀ ਉਹਨਾਂ ਦੇ ਜਾਣ ਤੋਂ ਪਹਿਲਾਂ ਵੀ ਅਸੀਂ ਇਕੱਠੇ ਸੀ ਅੱਜ ਵੀ ਅਸੀਂ ਇਕੱਠੇ ਆ ਉਹਨਾਂ ਦੇ ਪਰਿਵਾਰ ਦੇ ਜਾਂ ਮੈਂ ਭੈਣਾ ਤਿੰਨ ਚਾਰ ਮੈਂ ਵਿਆਹੀਆਂ ਹੁਣ ਕੀ ਬਾਤ ਹੈ ਤੇ ਆਪਦੇ ਹੱਥੀ ਮੈਂ ਆਪਣਾ ਕਾਰਜ ਪੂਰੇ ਕੀਤੇ ਆ ਜੀ ਉਹ ਭੈਣਾ ਦੇ ਵਾਹ ਜੀ ਵਾਹ ਸੋ ਬਹੁਤ ਸ਼ੁਕਰਗੁਜ਼ਾਰ ਆ ਪ੍ਰਮਾਤਮਾ ਦਾ ਬਹੁਤ ਚੰਗਾ ਫੀਲ ਹੋ ਰਿਹਾ ਕਿ ਪ੍ਰਮਾਤਮਾ ਨੇ ਮੈਨੂੰ ਇਹ ਦਿਨ ਦਿੱਤੇ ਆ ਜੀ ਤੇ ਦਿੱਤੇ ਉਹਨਾਂ ਦੇ ਪੈਰਾਂ ਪਿੱਛੇ ਆ ਜੀ ਵਾਕਈ ਇਹ ਇੱਕ ਇਨਸਪੀਰੇਸ਼ਨ ਵੀ ਹੈ ਮੇਰੇ ਖਿਆਲ ਜਿਹੜੇ ਵੀ ਤੁਹਾਨੂੰ ਇਸ ਵਕਤ ਦੇਖ ਰਹੇ ਹੋਣਗੇ ਤੁਹਾਡੇ ਫੈਨਸ ਜਾਂ ਫਿਰ ਨਵੇਂ ਜਿਹੜੀ ਤੁਹਾਡੇ ਨਾਲ ਆਡੀਅנס ਇਸ ਵਕਤ ਜੁੜ ਰਹੀ ਹੋਣੀ ਹੈ ਨਵੀਂ ਜਨਰੇਸ਼ਨ ਦੀ ਉਹਨਾਂ ਲਈ ਵੀ ਇੱਕ ਆਪਣੇ ਆਪ ਚ ਇੱਕ ਇਨਸਪੀਰੇਸ਼ਨ ਆਈ ਚੀਜ਼ ਲੋਕ ਨਹੀਂ ਵੀ ਤੁਸੀਂ ਇੱਕ ਉਹ ਦੌਰ ਵੀ ਦੇਖਿਆ ਅੱਜ ਇੱਕ ਆ ਦੌਰ ਵੀ ਦੇਖ ਰਹੇ ਆ ਤੇ ਇਹਦੇ ਵਿੱਚ ਚਮਕਦਾ ਸਿਤਾਰਾ ਹੈਗਾ ਪੰਜਾਬੀ 뮤직 ਇੰਡਸਟਰੀ ਦਾ ਤੁਸੀਂ ਬਿਲਕੁਲ ਜਿਹੜੇ ਪਿਆਰ ਕਰਦੇ ਕਲਾਕਾਰਾਂ ਨੂੰ ਸਹੀ ਗੱਲ ਐ ਸੋ ਬਸ ਧਰਤੀ ਤੇ ਰਹਿਣਾ ਚਾਹੀਦਾ ਜੀ 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 ਬਿਲਕੁਲ ਤੇ ਗੋਣਾ ਬੜੀ ਦੂਰ ਦੀ ਗੱਲ ਹੈ ਜੀ ਇਹ ਸਮੁੰਦਰ ਹੈ ਇਹ ਆਉਂਦਾ ਨਹੀਂ ਕਿਸੇ ਨੂੰ ਸਿਰ ਰੋਟੀ ਪਾਣੀ ਤੇ ਇੰਨਾ ਹੀ ਬਖਸ਼ਿਸ਼ ਕਰ ਦੇ ਪਰਮਾਤਮਾ ਤਾਂ ਇਹਨੂੰ ਸੰਭਾਲਿਆ ਜਾਵੇ ਇੰਨਾ ਹੀ ਗੁਰੂ ਫਿਰ ਤੁਸੀਂ ਕਿਸੇ ਨੂੰ ਧਾਰਿਆ ਇਸ ਦੌਰਾਨ ਜੀ ਹਾਂ ਜੀ ਮੇਰੇ ਮਾਜੋਬ ਉਸਤਾਦ ਰਜਿੰਦਰਪਾਲ ਰਾਣਾ ਜੀ ਨੇ ਹਾਂ ਉਹਨੂੰ ਉਧਰ ਤੋਂ ਓਕੇ ਡੀਏਵੀ ਕਾਲਜ ਪ੍ਰੋਫੈਸਰ ਰਹੇ ਜਲੰਧਰ ਦੂਦ ਦਰਸ਼ਨ ਤੇ ਮੀਜ਼ਰ ਵੈਕਟਰ ਰਹੇ ਹੁਣ অল ইন্ডিয়া রেডিও ਤੇ ਐਜ਼ ਯੂਜ਼ਿਕ ਡਾਇਰੈਕਟਰ ਨੇ ਜੀ। ਕੀ ਬਾਤ ਹੈ। ਤੇ ਉਹਨਾਂ ਨਾਲ ਮਿਲਣਾ ਫਿਰ ਕਿੱਦਾਂ ਹੋਇਆ? ਕਿਹਨੇ ਮਿਲਾਇਆ ਉਹਨਾਂ ਨਾਲ? ਅ ਕੁਲਦੀਪ ਨਿਹਾਲੂ ਵਾਲੀਆ ਬਾਜੀ ਜਿਹੜੇ ਜਿਹਨਾਂ ਦੀ ਡੈਥ ਹੋ ਚੁੱਕੀ ਉਹ ਗੀਤਕਾਰ ਸੀ। ਉਹਨਾਂ ਦੇ ਗਾਣੇ ਮੈਂ ਬਹੁਤ ਕਾਇਆ। ਅੱਛਾ ਜੀ। ਸੋ ਉਹਨਾਂ ਦੇ ਜਿਹੜੀ ਮੇਰੀ ਮੁਲਾਕਾਤ ਹੋਈ ਸੀ ਤੇ ਉਹਨਾਂ ਨੇ ਮੈਨੂੰ ਉਹਨਾਂ ਦੇ ਲਾੜ ਲਾਇਆ ਸੀ। ਕੀ ਬਾਤ ਹੈ। ਉਹਨਾਂ ਨੇ ਮੇਰੀ ਉਸਤਾਦੀ ਸ਼ਗਰਦੀ ਕਰਾਈ ਸੀ। ਤੇ ਪਹਿਲੀ ਵਾਰ ਜਦੋਂ ਤੁਸੀਂ ਸਟੂਡੀਓ ਵਿੱਚ ਕੋਈ ਗੀਤ ਗਾਇਆ ਤਾਂ ਉਹ ਕਿਹੜਾ ਗੀਤ ਸੀਗਾ? ਰਿਕਾਰਡ ਕੀਤਾ ਮਤਲਬ। ਪਹਿਲੀ ਵਾਰੀ ਇੱਕ ਕੁਲਦੀਪ ਨਿਹਾਲੂ ਵਾਲੀਆ ਬਾਜੀ ਦਾ ਗਾਣਾ ਸੀਗਾ ਤੇ ਨਾਲ ਸੀਗਾ ਜਸਵਿੰਦਰ ਸਿੰਘਾ ਜੀ ਨੇ ਅਲੂਵਾਲ ਤੋਂ ਦੋਨੇ ਵੀਰ ਬਹੁਤ ਅੱਛੇ ਐ ਜਿਹੜੇ ਗਾਣੇ ਲਿਖਦੇ ਸੀ ਹੂੰ ਹੂੰ ਤੇ ਉਹ ਗਾਣਾ ਮੈਂ ਪਹਿਲਾਂ ਗਾਇਆ ਸੀਗਾ ਸੱਜਣਾ ਤੂੰ ਦਰਦਿਆ ਕੀ ਬਾਤ ਹੈ ਅੱਛਾ ਉਹ ਤਾਂ ਪਹਿਲਾ ਗਾਣਾ ਹੋ ਗਿਆ ਤੇ ਹੁਣ ਮੈਨੂੰ ਉਹ ਗਾਣਾ ਤੁਸੀਂ ਸੁਣਾਉਣਾ ਵੀ ਅਸੀਂ ਸਾਰਿਆਂ ਨੇ ਸੁਣਦਾ ਹੀ ਆ ਜਿਹਨੇ ਤੇ ਕਹਿ ਸਾਦੋ ਕਿ ਲੈਂਬਰ ਹੁਸੈਨਪੁਰਿਆ ਨੂੰ ਸਾਰਿਆਂ ਦੇ ਸਾਹਮਣੇ ਲੈ ਕੇ ਆਉਂਦਾ ਸਾਰੀ ਦੁਨੀਆ ਦੇ ਵਿੱਚ ਜੀ ਇੱਕ ਨਾਮ ਬਣਾਤਾ ਬਿਲਕੁਲ ਉਹ ਕਿਹੜਾ ਗਾਣਾ ਸੀਗਾ ਜੀ ਉਹ ਸੀਗਾ ਜੀ ਦਸ ਜਾਂ ਮਿਲਨੇ ਕਿਹੜੇ ਪਿੰਡ ਦੀ ਤੂੰ ਨਹੀਂ ਅਮਰਜੀਤ ਅਮਰਦੀਪ ਗਿਲਸਾਵਣਾ ਦਾ ਗਾਣਾ ओके ਬਹੁਤ ਆਰਟਿਸਟ ਨੇ ਪਹਿਲਾਂ ਗਾਇਆ ਵੀ ਹੈ ਜੀ ਪਰ ਰੱਬ ਜਾਣੇ ਮੇਰੇ ਤੇ ਮਿਹਰਮਾਨ ਪਾਜੀ ਹਣੀ ਵੀ ਆ ਤੇ ਪਰਮਾਤਮਾ ਵੀ ਆ ਤੇ ਲੋਕ ਵੀ ਆ ਸਰੋਤੇ ਵੀ ਆ ਬਿਲਕੁਲ ਸੋ ਉਸ ਗਾਣੇ ਨੇ ਪਾਜੀ ਬਹੁਤ ਮੈਨੂੰ ਪਿਆਰ ਦਿੱਤਾ ਹਮ ਹਮ ਜੋ ਮੈਂ ਆਪਣੇ ਬੱਚਾ ਲਈ ਪਰਿਵਾਰ ਲਈ ਸੋਚਿਆ ਸੀ ਉਹ ਮੇਰੇ ਅੱਜ ਸਾਹਮਣੇ ਸਟੇਜ ਤੇ ਪਰਮਾਤਮਾ ਨੇ ਖੜੇ ਕਰਤਾ ਕੀ ਬਾਤ ਹੈ ਜੀ ਜਿਹੜੀ ਜਿਹਦੀ ਮੈਨੂੰ ਭੁੱਖ ਸੀ ਜੀ ਤੇ ਉਹਨਾਂ ਕੋ ਪੈਸਾ ਦਿੱਤਾ ਉਹਨੀ ਕਿ ਸ਼ੌਰਤ ਦਿੱਤੀ ਅਕਾਤੋਂ ਬਾਹਰ ਹੋਣ ਵਾਲਾ ਕੁਝ ਨਹੀਂ ਹੈਗਾ ਮੇਰੇ ਕੋਲ। ਕੀ ਬਾਤ ਹੈ। ਤੇ ਥੋੜਾ ਜਿਹਾ ਉਹਨੂੰ ਵਾਰਮ ਅਪ ਕਰੀਏ ਆਪਾਂ ਇਸ ਗਾਣੇ ਦੇ ਨਾਲ। ਚਲੋ। ਹੋ ਬੰਬੀ ਹਬੀਬ ਲਾਇਨ ਨਾਲੇ ਸਾਜ ਵੀ ਤੇ ਪੰਨਿਆ। ਹੋ ਬੰਬੀ ਹਬੀਬ ਲਾਇਨ ਨਾਲੇ ਸਾਜ ਵੀ ਤੇ ਪੰਨਿਆ। 니 ਨਾਲੇ ਪਿੰਜਾਰੂ ਨੀ ਮੈਨੂੰ ਦੱਸ ਜਾਵੇਂ ਲੈਣੇ ਕਿਹੜੇ ਪਿੰਡ ਦੀ ਤੂੰ ਨੀ ਮੈਨੂੰ ਦੱਸ ਜਾਵੇਂ ਲੈਣੇ। ਕਿਹੜੇ ਪਿੰਡ ਦੀ ਤੂੰ ਨਹੀਂ ਮੈਨੂੰ ਦੱਸ ਜਾਵੇਂ ਲੈਣੇ ਆਏ ਆਏ ਕੀ ਬਾਤ ਹੈ ਜੀ ਕੀ ਬਾਤ ਹੈ ਬਹੁਤ ਖੂਬ ਜੀ ਵਾਰਮ ਅਪ ਤੁਸੀਂ ਸਾਡੇ ਮਾਹੌਲ ਨੂੰ ਇੱਥੇ ਕਰ ਦਿੱਤਾ ਜੀ ਤੇ ਦੋਸਤੋ ਲੈਂਬਰ ਹੁਸੈਨਪੁਰੀਆ ਜੀ ਨਾਲ ਹਲਜੇ ਤਾਂ ਗੱਲਾਂ ਬਾਤਾਂ ਦਾ سلسلہ ਸ਼ੁਰੂ ਹੋਇਆ ਜੀ ਤੁਸੀਂ ਕਿਤੇ ਨਾ ਜਾਓ ਜੀ ਆਪਾਂ ਇਹਨਾਂ ਦੇ ਨਵੇਂ ਟਰੈਕ ਕੁਝ ਵੰਡਣਾ ਪਊ ਬਾਰੇ ਵੀ ਗੱਲਾਂ ਇੱਥੇ ਕਰਾਂਗੇ ਮਿਲਦੇ ਆਂ ਫਿਰ ਇੱਕ ਨਿੱਕੀ ਜਿਹੀ ਪ੍ਰੀਖਤ ਬਾਦ ਬੇਤੁਬਾ ਜੀ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਪੀਟੀਸੀ ਸੁਪਰਸਟਾਰ ਤੇ ਅੱਜ ਆਪਾਂ ਮੁਲਾਕਾਤ ਕਰ ਰਹੇ ਹਾਂ ਜੀ ਲੈਂਬਰ ਹੁਸੈਨਪੁਰੀਆ ਜੀ ਨਾਲ ਲੈਂਬਰ ਪਾ ਜੀ ਆਪਾਂ ਹੁਣ ਗੱਲ ਕਰਾਂਗੇ ਤੁਹਾਡੇ ਨਵੇਂ ਟਰੈਕ ਦੇ ਬਾਰੇ ਅੱਜ ਕੁਝ ਬੰਨਣਾ ਪਊ ਜੀ ਤੇ ਸਭ ਤੋਂ ਪਹਿਲਾਂ ਤਾਂ ਇਹ ਟਰੈਕ ਜਿਹੜਾ ਹੈਗਾ ਟਾਈਟਲ ਕਿੱਥੋਂ ਦੀ ਆਇਆ ਜੀ ਅੱਜ ਕੁਝ ਬੰਨਣਾ ਪਊ ਇਹ ਸੀ ਸਟੂਡੀਓ ਚ ਬੈਠੇ ਸੀ ਕਿਤੇ ਜੱਸੀ ਇੰਡਿਆ ਲੁਵਾਲੀਆ ਮੁੰਡਾ ਉਹਦੇ ਸਟੂਡੀਓ ਚ ਬੈਠੇ ਸੀ ਤੇ ਬਾਜੀ ਜੱਗੀ ਸਾਹਿਬ ਆਏ ਸੀ ਬੰਬੇ ਤੋਂ ਅੱਛਾ ਜੀ ਤੇ ਮੈਂ ਜ਼ਿਕਰ ਕੀਤਾ ਸੀ ਵੀ ਗਾਣਾ ਕੋਈ ਅੱਛਾ ਜਿਹਾ ਦਿ ਉਹਨਾਂ ਨੂੰ ਉਹਦੇ ਸੁਣਾਇਆ ਤੇ ਫਿਰ ਉਹਦੇ ਰੂਹ ਨੂੰ ਲੱਗ ਗਿਆ ਜੀ ਅੱਛਾ ਤੇ ਬੈਠੇ-ਬੈਠੇ ਫਿਰ ਬਾਜੀ ਉਹਨਾਂ ਦੇ ਨਾਲ ਹੀ ਕੰਪੋਜੀਸ਼ਨ ਕਰਕੇ ਨਾਲ ਹੀ ਰਿਕਾਰਡ ਕਰ ਲਿਆ ਜੀ ਅੱਛਾ ਤੇ ਉਹਦੇ ਵਿੱਚ ਤਾਂ ਹੋਰ ਵੀ ਕਾਫੀ ਵਰਡਸ ਬੰਦਾ ਚੱਕ ਸਕਦਾ ਪਰ ਆਹੀ ਟਾਈਟਲ ਕਾਤੇ ਚੱਕਿਆ ਫਿਰ ਅੱਜ ਜਿ ਕੁਝ ਵੰਡਣਾ ਪਊ ਕਿਉਂਕਿ ਇਹ ਮੇਨ ਮੇਨ ਹੀ ਆ ਜੀ ਗੱਲ ਆਪਣੇ ਕਲਿੱਕ ਹੁੰਦੀ ਆ ਜੀ ਜਦੋਂ ਵੀ ਕੋਈ ਚੰਗਾ ਕੰਮ ਹੁੰਦਾ ਤਾਂ ਯਾਰ ਕਹਿੰਦੇ ਅੱਜ ਬੰਡੋ ਯਾਰ ਕੁਝ ਅੱਛਾ ਤੇ ਅੱਜ ਬਹੁਤ ਚੰਗਾ ਅੱਜ ਦਿਨ ਨਿਕਲਿਆ ਜੀ ਅੱਜ ਸਾਡੇ ਉਹ ਹੋ ਗਿਆ ਅੱਜ ਉਹ ਹੋ ਗਿਆ ਜੀ ਅੱਜ ਬੱਚਾ ਹੋ ਜਾਂਦਾ ਜਾਂ ਕੁਝ ਵੀ ਆਪਾਂ ਕਹਿੰਦੇ ਆ ਜੀ ਵੰਡੋ ਯਾਦ ਕਰਦੀ ਵੰਡੋ ਹਾਂ ਵਾਕੇ ਵਾਕੇ ਸਹੀ ਗੱਲ ਹੈ ਪੰਜਾਬ ਦੀ ਆਪਣੇ ਸਭਿਆਚਾਰ ਦੀ ਗੱਲ ਹੈ ਕਿ ਅੱਜ ਕੁੱਝ ਵੰਡੋ ਉਹ ਜਦੋਂ ਕੋਈ ਖੁਸ਼ੀ ਪੂਰੀ ਹੁੰਦੀ ਹੈ ਇਹ ਉਹਦਾ ਕਰਕੇ ਸੀ ਇਹ ਲਾਈਨ ਹੀ ਫੇ ਇਹ ਤੁਸੀਂ ਆਈਡੀਆ ਦਿੱਤਾ ਜਾਂ ਜੱਗੀ ਭਾਜਦਾ ਸੀ ਨਹੀਂ ਉਹਦੇ ਕੋ ਪਹਿਲਾਂ ਹੀ ਸੀ ਭਾਜਦਾ ਲਿਖਿਆ ਸੀ ਜੀ ਅੱਛਾ ਤੇ ਉਹ ਉਹਨਾਂ ਕੋਲ ਤਾਂ ਹੋਰ ਵੀ ਬਹੁਤ ਸਾਰੇ ਗੀਤ ਹੋਣੇ ਆ ਫਿਰ ਇਹੀ ਗੀਤ ਤੁਸੀਂ ਚੂਜ਼ ਕੀਤਾ ਜਾਂ ਉਹਨਾਂ ਨੇ ਸੋਚ ਕੇ ਰੱਖਿਆ ਸੀ ਵੀ ਲੈਂਬਰ ਭਾਜਦਾ ਮੈਨੂੰ ਹੋਰ ਵੀ ਉਹਨਾਂ ਨੇ ਸੁਣਾਏ ਸੀਗੇ ਮੈਂ ਇੱਕ ਦੋ ਗਾਣੇ ਲਏ ਉਹਨਾਂ ਦੇ ਹਾਂ ਸੋ ਮੈਨੂੰ ਫਿਰ ਇਹ ਗਾਣਾ ਪਸੰਦ ਆ ਗਿਆ ਉਹਨਾਂ ਨੇ ਫਿਰ ओके okay. चलो भाजी दा बहुत धन्यवाद है जी उन्होंने बहुत अच्छा गाना लिखया ते मैं कोशिश कीती को की है ਵੀ ਇਹਨੇ ਨਵਾਇਆ ਜਾਵੇ ਚੰਗਾ ਬਿਲਕੁਲ ਲੋਕੀ ਪਸੰਦ ਵੀ ਕਰ ਰਹੇ ਆ ਉਹ ਤੋਂ ਵੱਡੀ ਗੱਲ ਹੈ ਕਿ ਲੋਕੀ ਹਮੇਸ਼ਾ ਵੇਟ ਕਰਦੇ ਆ ਕਿ ਲੈਂਬਰ ਭਾਜੀ ਬਹੁਤ ਘੱਟ ਦਿਖਦੇ ਆ ਜੀ ਇਹਨਾਂ ਦਾ ਇੱਕ ਵੀ ਕੋਈ ਗਾਣਾ ਹੁੰਦਾ ਅੱਛਾ ਯਾਰ ਲੈਂਬਰ ਵਾਈ ਦਾ ਗਾਣਾ ਆ ਗਿਆ ਤਾਂ ਮੈਂ ਇਹ ਸੋਚ ਕੇ ਇੱਕਦਮ ਚੈਨਲ ਰੋਕਿਆ ਫਿਰ ਬਾਅਦ ਚ ਗਾਣਾ ਸੁਣਿਆ ਮੈਂ ਲੈਂਬਰ ਭਾਈ ਦਾ ਗਾਣਾ ਆ ਰਿਹਾ ਤਾਂ ਇੱਥੇ ਇਹ ਗੱਲ ਵੀ ਤੁਸੀਂ ਗਾਣੇ ਕੱਢਦੇ ਰਹਾ ਕਰੋ ਤੁਹਾਡੀ ਵੇਟ ਰਹਿੰਦੀ ਆ ਮੈਂ ਥੋੜੇ ਜਿਹਾ ਲੇਟ ਹੋਇਆ ਜੀ ਕੋਈ ਕੋਈ ਕਾਰਨ ਸੀਗਾ ਇਹਦਾ 4 4-5 ਸਾਲ ਮੈਂ ਲੇਟ ਹੋਇਆ ਚਲੋ ਉਹਨੋਂ ਆਪਣੀ ਪ੍ਰੋਡਕਸ਼ਨ ਸ਼ੁਰੂ ਕੀਤੀ ਹੈ ਜੀ ਤੇ ਉਹਦੇ ਚ ਇਹ ਗਾਣਾ ਰਿਲੀਜ਼ ਕੀਤਾ। ਵਾਕਿਆ ਉਹਦੇ ਲਈ ਵੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਥੈਂਕ ਯੂ ਜੀ। ਲੈਂਬਰ ਹੁਸੈਨਪੁਰੀ ਅਨੰਦ ਦੀ ਨਵੀਂ ਪ੍ਰੋਡਕਸ਼ਨ ਸ਼ੁਰੂ ਹੋਈ ਹੈ ਤੇ ਪਹਿਲਾ ਗੀਤ ਪ੍ਰੋਡਕਸ਼ਨ ਤੋਂ ਆਇਆ ਕਿਨੇ? ਜੀ। ਤੇ ਇਹ ਇਹ ਫਿਰ ਸੋਚ ਕੇ ਰੱਖਿਆ ਸੀ ਵੀ ਆਪਾਂ ਇਸ ਗੀਤ ਤੋਂ ਸ਼ੁਰੂਆਤ ਕਰਨੀ ਆ ਜਾਂ ਫਿਰ ਮੌਕੇ ਹੋਣ ਲੱਗਿਆ ਵੀ ਆਪਾਂ ਲੈਂਬ ਐਲ ਐਲ ਐਚ ਜਿਹੜੀ ਆਪਣੀ ਪ੍ਰੋਡਕਸ਼ਨ ਆ। ਨਹੀਂ ਮੈਂ ਪਹਿਲਾਂ ਸੋਚਿਆ ਨਹੀਂ ਸੀਗਾ ਜੀ। ਹਾਂ ਹਾਂ। ਤੇ ਸਿਰਫ ਇਹ ਸੀ ਵੀ ਮਾਨਸ ਸੀਗਾ ਵੀ ਯਾਰ ਆਪਣੀ ਕੰਪਨੀ ਹੋਵੇ ਤੇ ਨਾ ਤੁਰੀਏ ਫਰੀਏ ਕਿਤੇ ਟਾਈਮ ਘਟਿਆ ਹੁਣ। ਹਾਂ ਹਾਂ। ਤਬੀ ਆਪਣੀ ਕੰਪਨੀ ਹੈਗੀ ਆ ਸਟੂਡੀਓ ਕੋਲ ਆ ਤੇ ਗਾਓ ਤੇ ਇਹਨੂੰ ਆਪ ਕਰੋ ਓਕੇ ਕਿਉਂਕਿ ਤੁਹਾਨੂੰ ਫੀਡਬੈਕ ਦੋਸਤਾਂ ਮਿੱਤਰਾਂ ਨੇ ਸਰੋਤਿਆਂ ਨੇ ਦੇਣੀ ਆ ਜੀ ਸੋ ਗਾਣਾ ਅੱਛਾ ਰਿਹਾ ਤੇ ਅੱਛੀ ਫੀਡਬੈਕ ਮਿਲ ਜੂਗੀ ਤੇ ਇਹਦੇ ਵਿੱਚ ਹੀ ਸਾਰੇ ਫਿਰ ਰਿਲੀਜ਼ ਕਰਾਂਗੇ ਜੀ ਇਹ ਵੀ ਬਹੁਤ ਵੱਡੀ ਅਚੀਵਮੈਂਟ ਆ ਜਦੋਂ ਤੁਸੀਂ ਆਪਣਾ ਇੱਕ ਪ੍ਰੋਡਕਸ਼ਨ ਖੋਲਦੇ ਹੋ ਕਿ ਜੀ ਆਪਣਾ ਲੈਵਲ ਇੱਕ ਆਪਣੇ ਆਪ ਵਿੱਚ ਖੋਲਦਾ ਹੈ ਜੀ ਮੇਰੇ ਹੁਣ 6 ਟਿਪ ਆਪਣੀਆਂ ਤਿਆਰ ਹੈ ਜੀ ਧਾਰਮਿਕ ਟੇਪ ਰਾਡੀ ਆ ਦੋ ਤਿੰਨ ਧਾਰਮਿਕ ਹੈ ਫਿਰ ਪੰਜਾਬੀ ਟੇਪਾਂ ਦੋ ਤਨ ਹੈਗੀਆਂ ਜੀ ਕੀ ਬਾਤ ਹੈ ਕੀ ਆਪਾਂ ਕਰਾਂਗੇ ਉਹਨਾਂ ਜਿਹੜੀ ਫਿਊਚਰ ਵਿੱਚ ਆ ਰਹੀਆਂ ਉਹਨਾਂ ਬਾਰੇ ਸਾਰੀਆਂ ਗੱਲਾਂ ਕਰ ਲਈਏ ਪਹਿਲਾਂ ਅੱਜ ਕੁਝ ਵੰਡਣਾ ਪਊਦੋ ਫਿਰ ਤੇ ਮੁੜ ਕੇ ਆਨੇ ਆਪਾਂ ਅੱਛਾ 뮤직 ਡਾਇਰੈਕਟਰਸ ਦੀ ਜੇ ਗੱਲ ਕਰੀਏ ਤੁਸੀਂ ਬਹੁਤ ਵੱਡੇ ਵੱਡੇ 뮤직 ਡਾਇਰੈਕਟਰ ਨਾਲ ਕੰਮ ਕੀਤਾ ਹੈ ਬੇਸ਼ੱਕ ਪੰਜਾਬੀ ਇੰਡਸਟਰੀ ਵਿੱਚ ਗੱਲ ਕਰ ਲਈਏ ਜਾਂ ਬਾਲੀਵੁੱਡ ਦੀ ਗੱਲ ਕਰ ਲਈਏ ਤੇ ਇਹਦੇ ਵਿੱਚ ਪੈਂਦਾ ਔਜਲਾ ਜੀ ਨੇ 뮤직 ਦਿੱਤਾ ਤਾਂ ਉਹ ਇੱਕ ਯੰਗ 뮤직 ਡਾਇਰੈਕਟਰ ਨੇ ਉਹਨਾਂ ਨਾਲ ਕੰਮ ਕਰਕੇ ਕਿਹੋ ਜਿਹਾ ਲੱਗਿਆ ਬਹੁਤ ਅੱਛਾ ਲੱਗਾ ਜੀ ਉਹਨਾਂ ਦਾ ਗਾਣਾ ਪਹਿਲਾਂ ਵੀ ਵਿੱਚ ਪੜਾਂ ਦੇ ਪੈਣ ਪਟਾਕੇ ਬਾਰਾਂਪੋਰਾ ਦੇ ਕਿਸੇ ਲਿਆਂਦਾ ਛੱਲਾ ਤੇਰੇ ਲਈ ਕਿਸੇ ਲਿਆਂਦੀ ਗਾਨੀ ਰਾਈਟ ਰਾਈਟ ਦੋ ਤਿੰਨ ਚਾਰ ਗਾਣੇ ਉਹਨਾਂ ਦੇ ਹਿੱਟ ਗਏ ਜੀ ਸੋ ਉਹ ਬਹੁਤ ਅੱਛਾ ਮੁੰਡਾ ਸਾਡਾ ਬਹੁਤ ਬੀਬਾ ਹੈ ਤੇ ਉਹ ਮੇਰੇ ਬੋਲ ਨੂੰ ਮੇਰੀ ਗਾਇਕੀ ਨੂੰ ਪਸੰਦ ਆਪ ਵੀ ਕਰਦਾ ਤੇ ਉਹ ਖੁਦ ਵੀ ਚਾਹੁੰਦਾ ਹੁੰਦਾ ਵੀ ਮੈਂ ਭਾਜੀ ਦਾ ਗਾਣਾ ਕਰਾਂ ਸੋ ਮੈਨੂੰ ਵੀ ਉਹ ਚੰਗਾ ਲੱਗਦਾ ਕਿਉਂਕਿ ਮੇਰੇ ਗਾਣੇ ਨੂੰ ਅਸਲੀ ਰੂਪ ਉਹ ਦੇ ਦਿੰਦਾ क्यों अच्छा क्योंकि इंग्लैंड ਚ ਰਿਹਾ ਪਹਿਲਾ ਇੰਗਲੈਂਡ ਦਾ 뮤직 ਜਿਹੜਾ ਮੇਰਾ ਹਰ ਗਾਣੇ ਨੂੰ ਮਿਲਿਆ ਤੇ ਉਹ ਹਿੱਟ ਹੀ ਗਿਆ ਜੀ ਹਾਂ 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 ਸਹੀ ਹੈ ਬਹੁਤ ਚੰਗਾ ਲੱਗਿਆ ਤੇ ਅੱਛਾ ਇਹ ਫਰਕ ਵੀ ਹੈ ਕਿ ਤਨਾ ਕਿਤੇ ਜਿਹੜੀ ਇਧਰ ਬੀਟਸ ਐ ਤੇ ਉਧਰਲੇ ਲੋਕ ਇੰਗਲੈਂਡ ਦੇ ਜਿਹੜੇ ਲੋਕੀਆ ਉਹ ਬੀਟਸ ਐ ਉਹ ਥੋੜੀਆਂ ਵੱਖਰੀਆਂ ਪਸੰਦ ਕਰਦੇ ਨੇ ਬਿਲਕੁਲ ਜੀ ਉੱਥੇ ਫਿਰ ਲੋਕ ਕਲੱਬ ਜਾਂਦੇ ਆ ਆਪਣੇ ਲੰਗੂ ਥੋੜਾ ਖੁੱਲੇ ਖਾੜੇ ਘੱਟ ਲੱਗਦੇ ਆ ਅੱਛਾ ਲੱਗਦੇ ਹੈਗੇ ਪਰ ਟਾਮੇ ਟਾਵੇਂ ਜਿਹਨੂੰ ਕਹਦੀ ਹੈ ਕੋਈ ਕੋਈ ਸੋ ਉਹਦੇ ਲਈ ਫਿਰ ਉਹ ਕਲੱਬਲੀ ਬੀਟਾਂ ਹੈਵੀ ਤੇ ਉਹਨਾਂ ਦੀਆਂ ਬੀਟਾ ਅਲੱਗ ਹੁੰਦੀਆਂ ਲੋਕੀ ਪਸੰਦ ਕਰਦੇ ਆ ਫਿਰ ਜਿਹੜੀ ਬਾਹਰਲੀ ਜਨਰੇਸ਼ਨ ਆ ਉਹ ਬਹੁਤ ਜ਼ਿਆਦਾ ਲਾਈਕ ਕਰਦੀ ਹੈ ਜੀ ਓਕੇ ਤੇ ਵੀਡੀਓ ਦਾ ਹੁਣ ਦੱਸੋ ਮੜ ਜਾ ਉਹਦੇ ਵਿੱਚ ਤੁਸੀਂ ਐਕਟ ਵੀ ਕੀਤਾ ਐ ਕਿ ਥੋੜਾ ਖੁੱਲ ਕੇ ਹੈਂ ਵੋਲਟ ਤੇ ਵੀ ਗੇੜੇ ਲਾ ਰਹੇ ਹੋ ਰਿਕਸ਼ਾ ਵੀ ਚਲਾ ਰਹੇ ਹੋ ਤੇ ਉਹ ਫਿਰ ਕਿਹਦਾ ਕਨਸੈਪਟ ਸੀਗਾ 올 ਇਨ 올 ਉਹ ਜਿਹੜਾ ਮੁੰਡਾ ਵੀਡੀਓ ਡਾਇਰੈਕਟਰ ਸੀਗਾ ਮਨੀ ਬਰਾੜ ਤੇ ਜੋ ਜੋਗੀ ਸੋਤਾ ਜੀ ਅਮਰਕਤ ਹੋ ਹੈ ਓਕੇ ਤੇ ਰਾਜਕਮਰ ਰਾਜੂ ਪਾ ਜੀ ਉਹਨਾਂ ਦਾ ਸੀਗਾ ਇਹ ਸਾਰਾ ਕਨਸੈਪਟ ਬਣਾਇਆ ਹੋਇਆ ਅੱਛਾ ਸੋ ਮੇਰੇ ਕੋਲੋਂ ਐਕਟਿੰਗ ਕਰਾ ਲਈ ਜੀ ਮੇ ਕੋਈ ਹੈ ਨਹੀਂ ਵੈਸੇ ਤੇ ਮੇ ਕੋਈ ਕਰਾ ਲਈ ਥਾਣਾਂ ਓਕੇ ਤੇ ਮੈਨੂੰ ਕਿ ਤੂੰ ਸੁਣਨ ਵੀ ਮਿਲਿਆ ਸੀ ਭਾਜੀ ਵੀ ਐਕਟਿੰਗ ਦਾ ਹਲਕਾ ਜਿਹਾ ਸ਼ੌਂਕ ਤਾਂ ਵੈਸੇ ਰੱਖਦੇ ਨੇ ਉਦਾਂ ਨਹੀਂ ਵੈਸੇ ਹੋ ਸਕਦਾ ਜੀ ਮੈਂ ਵੈਸੇ ਇਹਨੂੰ ਸੋਚਿਆ ਨਹੀਂ ਕਦੀ ਅੱਛਾ ਜੀ ਤੇ ਇੱਕ ਹੋਰ ਵੀ ਇੱਕ ਫਿਲਮ ਸੀਗੀ ਵਿੱਚ ਮੈਂ ਥੋੜਾ ਜਿਹਾ ਰੋਲ ਕੀਤਾ ਸੀਗਾ ਜੰਮਲੇ ਜੱਟ ਜੰਮਲੇ ਸ਼ਾਹ ਤੇ ਇਦਾਂ ਦੀ ਸੀ ਵਾਈ ਨਹੀਂ ਸੀ ਸੋ ਇਹ ਪਹਿਲਾ ਹੀ ਗਾਣਾ ਹੈ ਜਿਸ ਵਿੱਚ ਮੈਂ ਐਕਟ ਕਰਿਆ ਇਦਾਂ ਖੁੱਲ ਕੇ ਐਕਟ ਕਰਿਆ ਤਾਂ ਕਿਹੋ ਜਿਹਾ ਐਕਸਪੀਰੀਅੰਸ ਰਿਹਾ 올 ਇਨ 올 ਮਤਲਬ ਬਹੁਤ ਵਧੀਆ ਜੀ ਥੋੜਾ ਜਿਹਾ ਮਨ ਨੂੰ ਇਦਾਂ ਲੱਗਦਾ ਵੀ ਯਾਰ ਮੈਂ ਕੁਝ ਕਰ ਸਕਦਾ ਫਿਰ ਕੁਝ ਕਰ ਸਕਦਾ ਪਹਿਲਾਂ ਮੈਂ ਬਸ ਮਾਈਕ ਕਿਸੇ ਨੇ ਲਮਕਾਤਾ ਕਿਸੇ ਨੇ ਇਦਾਂ ਖੜਾ ਰੱਖਦਾ ਮਾਈਕ ਮੈਂ ਉੱਥੇ ਗਾ ਗਿਆ ਉਹੀ ਵੀਡੀਓ ਚ ਆ ਗਿਆ ਜੀ ਬਸ ਇੰਨਾ ਸੀ ਤੇ ਕਿਹੜੀ ਜਗ੍ਹਾ ਸ਼ੂਟ ਹੋਇਆ ਤੁਹਾਡਾ ਗੀਤ ਜਿਹੜਾ ਸੀਗਾ ਕਿਹੜੀ-ਕਿਹੜੀ ਲੋਕੇਸ਼ਨ ਸੀਗੀਆਂ ਇਹ ਤੱ ਤੇ ਉਹ ਲੱਭਦਾ ਨਹੀਂ ਸੀਗਾ ਓਕੇ ਤੇ ਉਹ ਤੱਲਣ ਪਿੰਡ ਲੱਭਿਆ ਸੀ ਤੇ ਉੱਥੇ ਹੀ ਫਿਰ ਸਾਰੀ ਸ਼ੂਟਿੰਗ ਹੋਈ ਜੀ ਓਕੇ ਹਾਂਜੀ ਲਓ ਜੀ ਹੁਣ ਗਾਣੇ ਬਾਰੇ ਆਪਾਂ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਤਾਂ ਪਹਛਾਤੀ ਸਾਰਿਆਂ ਤੱਕ ਇਹਨੇ ਤੇ ਹੁਣ ਗਾਣੇ ਦੀ ਉਡੀਕ ਸਾਰੇ ਜਣੇ ਕਰਦੇ ਪਏ ਨੇ ਤਾਂ ਇੱਕ ਵਾਰ ਗਾਣਾ ਵੀ ਸੁਣਾਇ ਦੇ ਫਿਰ ਹੋ ਚੜੀ ਤੂ ਚਵਾਰ ਤੇਰੀ ਦੀਦ ਹੋ ਗਈ ਆਸ਼ਿਕਾਂ ਵਿਚਾਰਿਆਂ ਦੀਦ ਹੋ ਗਈ ਆਹਾ ਜੜੀ ਤੁਚ ਵਾਰ ਤੇਰੀ ਦੀਦ ਹੋ ਗਈ ਆਸ਼ਿਕਾਂ ਵਿਚਾਰਿਆਂ ਦੀਦ ਹੋ ਗਈ ਤੇਰਾ ਵੇਖਿਆ ਬਾਹੀ ਦੇ ਵਿੱਚ ਮੂ ਨਹੀਂ ਅਜ ਕੁਝ ਵੰਡਣਾ ਪਉ ਪਈ ਉੱਠਦੇ ਦੇ ਨਜ਼ਰੇ ਤੂੰ ਨਹੀਂ ਅਜ ਕੁਝ ਵੰਡਣਾ ਪਉ ਪੇ ਉੱਠ ਦੇ ਦੇ ਨਜ਼ਰੇ ਤੂੰ ਨਹੀਂ ਅਜ ਕੁਝ ਵੰਡਣਾ ਪਉ ਆ ਕੀ ਬਾਤ ਹੈ ਕੀ ਬਾਤ ਹੈ ਇਹ ਏਦਾਂ ਲੱਗ ਰਿਹਾ ਜਿਵੇਂ ਨਾ ਆਪਣਾ ਰਿਕਾਰਡਿੰਗ ਸਟੂਡੀਓ ਦੇ ਵਿੱਚ ਆਵਾਜ਼ ਰਿਕਾਰਡ ਹੋ ਰਹੀ ਹੈ ਕਿ ਨਹੀਂ ਤੇ ਪਰਮਾਤਮਾ ਨੇ ਤੁਹਾਨੂੰ ਐਡੀ ਮਤਲਬ ਖੂਬਸੂਰਤ ਮਿਠਾਸਪਰੀ ਤੇ ਸਫਾਈ ਜਿਹੀ ਆਵਾਜ਼ ਇੱਕ ਮੇਰੇ ਖਿਆਲ ਸਾਨੂੰ ਬਖਸ਼ੀ ਹੋਈ ਹੈ ਜੀ ਬਖਸ਼ੀ ਹੋਈ ਹੈ ਅੱਛਾ ਤੁਸੀਂ ਜਿਹੜੇ ਗਾਣਿਆਂ ਦੀ ਗੱਲ ਕੀਤੀ ਤੁਸੀਂ ਸੈਡ ਸੌਂਗਸ ਵੀ ਬਹੁਤ ਰੀਜਨਲ ਗਾਏ ਨੇ ਰੋਮਾਂਟਿਕ ਵੀ ਗਾਏ ਨੇ ਬੀਟ ਸੌਂਗਸ ਵੀ ਗਾਏ ਨੇ ਵੱਖਰ ਵੱਖਰੇ ਕੈਟਾਗਰੀ ਦੇ ਵਿੱਚ ਬਟ ਪਰਸਨਲੀ ਤੁਸੀਂ ਕਿਹੜੀ ਕੈਟਾਗਰੀ ਵਿੱਚ ਗਾਣਾ ਪਸੰਦ ਕਰਦੇ ਹੋ ਪਰਸਨਲੀ ਮੈਂ ਬੀਟ ਹਾਂ ਸ਼ੁਰੂ ਤੋਂ ਸੈਡ ਮੇਰੇ ਹੈ ਕਿ ਗਾਣੇ ਹੋਣ ਵੀ ਹੋਣੇ ਆ ਸੋ ਸੈਡ ਮੇਰਾ ਮੂੰਹ ਅਗੇ ਫੇਸ ਮੇਰਾ ਸੈਡ ਹੀ ਹੈ ਆਹ ਅੱਛਾ ਇਹ ਵੀ ਟੂ ਬੀਟ ਗਾ ਕੇ ਥੋੜਾ ਜਿਹਾ ਠੀਕ ਹੁੰਦਾ ਜੀ ਤੇ ਮੈਂ ਜ਼ਿਆਦਾ ਬੀਟ ਗਾ ਕੇ ਖੁਸ਼ ਹ ਕਿਉਂਕਿ ਸਾਰੀ ਦੀਨ ਦੁਨੀਆ ਟੈਨਸ਼ਨਾਂ ਨਾਲ ਭਰੀ ਪਈ ਵਾ ਇਹ ਤਾਂ ਹੈ ਜੀ ਬਿਲਕੁਲ ਮੈਂ ਹਸਾਉਣਾ ਚਾਹਣਾ ਉਹਨਾਂ ਨੂੰ ਉਹਨਾਂ ਦਾ ਡਾਂਸ ਕਰਾਉਣਾ ਚਾਹਣਾ ਉਹ ਆਪਣੇ ਟੈਨਸ਼ਨਾਂ ਚੋਂ ਬਾਹਰ ਨਿਕਲਣ ਸੈਚੂਲੇ ਸੰਡੇ ਕੋਈ ਵੀ ਛੁੱਟੀ ਦੇ ਟਾਈਮ ਤੇ ਵਿਆਹਾਂ ਸ਼ਾਦੀਆਂ ਦੇ ਗਾਣੇ ਲੱਗਣ ਸੋ ਮੈਂ ਇਹੀ ਕੋਸ਼ਿਸ਼ ਕਰਦਾ ਵੀ ਇਹ ਤੈਸਰਾਂ ਤੋਂ ਬਾਹਰ ਨਿਕਲ ਪਰ ਮੈਂ ਇੱਕ ਗਾਣਾ ਜ਼ਰੂਰ ਆਪਣੀ ਡੇਵ ਚ ਰੱਖਦਾ ਹੁੰਦਾ ਜਿਹੜਾ ਮਤਲਬ ਉਹ ਵੀ ਜਿਹੜੇ ਸਰੋਤੇ ਸੰਢ ਹੈ ਉਹ ਵੀ ਸਰੋਤੇ ਨਾਲ ਦੇਣਾ ਸੁਣਾਉਣਾ ਜੀ ਜੀ ਤੇ ਦੋਸਤੋ ਐਦਾਂ ਕਿ ਮੈਨੂੰ ਇਹ ਸਮਝ ਆਦਾ ਤੁਸੀਂ ਸਾਰੇ ਜਣੇ ਸੋਚ ਰਹੇ ਹੋਣਾ ਕਿ ਬੀਟ Song ਹੁਣੇ ਆਪਾਂ ਸੁਣ ਲਈਏ ਪਰ ਨਹੀਂ ਜੀ ਇੰਨੀ ਛੇਤੀ ਨਹੀਂ ਇੱਥੇ ਆਪਾਂ ਨਿੱਕੀ ਜਿਹੀ ਇੱਕ ਬ੍ਰੇਕ ਲਾਵਾਂਗੇ ਬ੍ਰੇਕ ਤੋਂ ਬਾਅਦ ਫਿਰ ਇੱਥੇ ਜੀ ਹੁਣ ਭੰਗੜੇ ਪੈਣਗੇ ਧਮਾਲਾਂ ਪੈਣਗੀਆਂ ਕਿਉਂਕਿ ਬਾਜੀ ਫਿਰ ਬੀਟ Song ਆਉਣਗੇ ਤੇ ਆਪਾਂ ਸਾਰੇ ਇੱਥੇ ਇੰਜੋਏ ਕਰਾਂਗੇ ਤੁਸੀਂ ਕਿਤੇ ਨਾ ਜਾਓ ਜੀ ਇੱਕ ਨਿੱਕੀ ਜਿਹੀ ਬ੍ਰੇਕ ਸੁਪਰ ਡੂਪਰ ਹਿੱਟ Songਸ ਪਾਈ ਦੇ ਸੁਣਾਗੇ ਨਾਲੇ ਬਾਲੀਵੁੱਡ ਵਿੱਚ ਵੀ ਜਿਹੜੇ ਗਾਏ ਹੋਏ ਨੇ ਕਿਤੇ ਨਾ ਜਾਓ ਮਿਲਦੇ ਆਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਮਿੱਤਰੋ ਇੱਕ ਵਾਰ ਫੇਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪੀਡੀਸੀ ਸੁਪਰਸਟਾਰ ਤੁਸੀਂ ਵੇਖ ਰਹੇ ਹੋ ਤੇ ਮੁਲਾਕਾਤ ਕਰ ਰਹੇ ਆਂ ਜੀ ਅੱਜ ਆਪਾਂ ਲੈਂਬਰ ਹੁਸੈਨ ਫਰੀਜ਼ ਦੇ ਨਾਲ ਤੇ ਨਾਲ ਦੀ ਨਾਲ ਮੈਂ ਤੁਹਾਡਾ ਨਵਾਂ ਹਵਾਲਾ ਕੀਤਾ ਸੀ ਕਿ ਬ੍ਰੇਕ ਤੋਂ ਉਸ ਪਾਰ ਹੁਣ ਆਪਾਂ ਨਚਣ ਟੱਪਣਾ ਸਾਰੇ ਜਣੇ ਨੇ ਕਿਉਂਕਿ ਭਾਜੀ ਇੱਥੇ ਹੁਣ ਗੀਤ ਗਾਉਣਗੇ ਬੀਟ ਸੌਂਗਸ ਆਪਣੇ ਜਿਹੜੇ ਸੁਪਰ ਡੂਪਰ ਹਿੱਟ ਗਏ ਨੇ ਜੀ ਕਿਹਨੇ ਤੇ ਭਾਜੀ ਤੁਸੀਂ ਵੈਸੇ ਤਾਂ ਬੋਲੀਆਂ ਵੀ ਗਾਈਆਂ ਨੇ ਤੇ ਉਸ ਤੋਂ ਬਾਅਦ ਜੇ ਬਾਲੀਵੁੱਡ ਦੇ ਵਿੱਚ ਗੱਲ ਕਰੀਏ ਤੁਹਾਡੇ ਟੌਪ ਕਲਾਸ ਸੁਪਰ ਡੂਪਰ ਹਿੱਟ ਹੈ ਕਦੀ ਸਾਡੀ ਗਲੀ ਆਇਆ ਕਰੋ ਹੁਣ ਅੰਬਰ ਹੁਸੈਨਪੁਰੀਆ ਹੈ ਕਿ ਨਹੀਂ ਤੇ ਇੰਗਲੈਂਡ ਦੇ ਵਿੱਚ ਮੈਂ ਕਹਿੰਦਾ ਇੰਗਲੈਂਡ ਦੀ ਰਾਣੀ ਵੀ ਇਸ ਗਾਣੇ ਤੇ ਨੱਚਦੀ ਰਹੀ ਹੈ ਕਿ ਨਹੀਂ ਹਾਂ ਇੱਕ ਗਾਣਾ ਹੈਗਾ ਜੀ ਮੈਂ ਤੁਹਾਨੂੰ ਭੇਜੂੰਗਾ ਉਹਦੇ ਵਿੱਚ ਕੋਰੀਓਗ੍ਰਾਫੀ ਕੀਤਾ ਸਾਰਾ ਪੂਰਾ ਗਾਣਾ ਸਾਡੀ ਗਲੀ ਸਾਰਾ ਕੁਈਨ ਉਹਨਾਂ ਦਾ ਸਾਰਾ ਪਰਿਵਾਰ ਨੱਚ ਰਿਹਾ ਜੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਤੇ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੀ ਤੇ ਪੰਜਾਬੀਆਂ ਲਈ ਬਹੁਤ ਵੱਡੀ ਗੱਲ ਹੈ ਸਾਡਾ ਇੱਕ ਪੰਜਾਬੀ ਪੰਜਾਬੀ ਗੀਤ ਤੇ ਸਾਰੇ ਇੱਡਾ ਵੱਡਾ ਪਰਿਵਾਰ ਰਾਣੀ ਹੈ ਬਿਲਕੁਲ 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 ਸਾਰਾ ਪਰਿਵਾਰ ਨੱਚ ਰਿਹਾ ਜੀ ਸਹੀ ਗੱਲ ਹੈ ਅੱਛਾ ਐਨੇ ਸਾਰੇ ਤੁਹਾਡੇ ਕੋਲ ਮਤਲਬ ਕਹਿ ਸਕਦਾ ਕਿ ਸੌਂਗਸ ਪਏ ਨੇ ਵੀ ਆਪਾ ਜੀ ਗਿਣਤੀ ਕਰਨ ਲੱਗੇ ਤਾਂ ਮੁੱਕਣੀ ਨਹੀਂ ਹੈਗੀ ਤੇ ਇਹਨਾਂ ਵਿੱਚੋਂ ਕਿਹੜਾ ਇੱਕ ਗੀਤ ਹੈ ਕਿਹੜਾ ਇੱਕ ਬੀਟ ਸੌਂਗ ਹੈ ਜਿਹੜਾ ਤੁਹਾਨੂੰ ਬੇहद ਪਸੰਦ ਆ ਮੈਨੂੰ ਤਾਂ ਸਾਡੀ ਕਲਿਫੋਨ ਕਿਹਾ ਕਰੋ ਇਹੀ ਗਾਣਾ ਬਹੁਤ ਪਸੰਦ ਆ ਕਿਉਂਕਿ 2003-4 ਚ ਮੈਂ ਗਾਇਆ ਸੀ ਉਦੋਂ ਵੀ ਮੈਨੂੰ BBC ਲੋਗ ਵਰਡ ਮਿਲਿਆ ਸੀ ਵਾਹ ਜੀ ਬਿਲਕੁਲ ਸਹੀ ਗੱਲ ਉਹਦੇ ਲਈ ਵੀ ਮੁਬਾਰਕ 2011 ਦਾ ਵੀ ਇੱਥੇ ਤੁਹਾਡੇ ਵੱਲੋਂ PTC ਵੱਲੋਂ ਹੀ ਮਿਲਿਆ ਸੀਗਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਹਿੰਦੀ ਫਿਲਮ ਚ ਗਾਣਾ ਹਿੱਟ ਹੋਇਆ ਪੰਜਾਬੀ ਹੈ ਸਹੀ ਗੱਲ ਸੋ ਇਹ ਹਿੱਟ ਨਹੀਂ ਸੀਗਾ ਜੀ ਇਹ ਸੁਪਰ ਡੂਪਰ ਹਿੱਟ ਸੀ ਐਕਚੁਅਲੀ ਗਾਣਾ ਹੈ ਹੇ ਸਾਰਾ ਨੇ ਬਿਹਰ ਬਸਾਨੀ ਤੇ ਬਾਜੀ ਹੁਣ ਆਪਾਂ ਸ਼ੁਰੂਆਤ ਕਰਦੀਏ ਸੈਗਮੈਂਟ ਦੇ ਹੁਣ ਕਿਨੇ ਆਓ ਜੀ ਫਿਰ ਹੋ ਕੁੜੀਆਂ ਦੇ ਵਿੱਚ ਫਿਰ ਹੱਸ ਵਿਖੇ ਡਿਦੀ ਕੁੜੀਆਂ ਦੇ ਵਿੱਚ ਫਿਰ ਹੱਸ ਦਿਖੇ ਡਿਦੀ ਗੁੱਤ ਦੀ ਪਰਾਂਦੀ ਤੇਰੀ ਨਾਗ ਵਾਂਗੂ ਮੇਲਦੀ ਐਨਾ ਸੱਜਣਾ ਨੂੰ ਓਏ ਨਾ ਸੱਜਣਾ ਨੂੰ ਐਨਾ ਵੀ ਸਤਾਇਆ ਨਾ ਕਰੋ ਜਿੱਕਦੀ ਸਾਡੀ ਗਲੀ ਫੁੱਲ ਕੇ ਵੀ ਆਇਆ ਕਰੋ ਜਿੱਕਦੀ ਸਾਡੀ ਗਲੀ ਫੁੱਲ ਕੇ ਵੀ ਆਇਆ ਕਰੋ ਜਿੱਕਦੀ ਸਾਡੀ ਗਲੀ ਫੁੱਲ ਕੇ ਵੀ ਹਾਏ ਹਾਏ ਕੀ ਬਾਤ ਹੈ ਕੀ ਤਨੂ ਬੈਟਮਨੂ ਦਾ ਇਹ ਗੀਤ ਕਹਿੰਦੇ ਮਤਲਬ ਸਾਰੇ ਆਨੇ ਪ੍ਰਵਾਨ ਕੀਤਾ ਤੇ ਅੱਜ ਵੀ ਹੈ ਮਤਲਬ ਇਹ ਤੇ ਮੇਰੇ ਚੱਲਦਾ ਰਹਿਣਾ ਇਹ ਇਹ ਗਾਣੇ ਦੀ ਗੱਲ ਹੋ ਜਾਂਦਾ ਕਿ ਨਹੀਂ ਤੇ ਉਹ ਉਸ ਤੋਂ ਬਾਅਦ ਵੀ ਤੁਹਾਡੇ ਜਿਹੜੇ ਗਾਣੇ ਆਏ ਨੇ ਫਾਲਤੂ ਫਿਲਮ ਦੇ ਵਿੱਚ ਤੁਹਾਡਾ ਇੱਕ ਟਰੈਕ ਸੀਗਾ ਉਹ ਬਹੁਤ ਮਕਬੂਲ ਹੋਇਆ ਜਦ ਮੈਂ ਛੋਟਾ ਬੱਚਾ ਜਦ ਮੈਂ ਛੋਟਾ ਬੱਚਾ ਸੀ ਮੌਸਮ ਫਿਲਮ 'ਚ ਵੀ ਆਇਆ ਸੀ ਵਾਕਿਆ acha ਆਲੂ ਨੂੰ ਕਿਹੋ ਜਿਹਾ ਫੀਲ ਹੁੰਦਾ ਜਦੋਂ ਇੱਕ ਪੰਜਾਬੀ ਗੱਭਰੂ ਕਿਨੇ ਦਸਤਾਰ ਬੰਨੀ ਹੋਈ ਹੈ ਨਾਲੇ ਤੇ ਬਾਲੀਵੁੱਡ ਦੇ ਵਿੱਚ ਗੀਤ गा ਰਿਹਾ ਹੈ ਤੇ ਜਿਹੜੇ ਸਾਰੇ ਨੈਸ਼ਨਲ ਨੈਸ਼ਨਲ ਲੈਵਲ ਤੇ ਸਾਰੇ ਪਸੰਦ ਕਰਦੇ ਆ ਉਹਨਾਂ ਗੀਤਾਂ ਨੂੰ ਉਹ ਤੁਹਾਨੂੰ ਲਾਈਕ ਕਰ ਰਹੇ ਨੇ ਤੁਹਾਡੇ ਗੀਤ ਸੁ ਫੀਲ ਹੁੰਦਾ ਉਹਨੂੰ ਬਹੁਤ ਅੱਛਾ ਲੱਗਾ ਜੀ ਕਿਉਂਕਿ ਮੈਂ ਜਦੋਂ ਗਿਆ ਮੈਨੂੰ ਤਾਂ ਖੁਸ਼ੀ ਸੀਗੀ ਵੀ ਮੈਂ ਮੇਰਾ ਸੁਪਨਾ ਪੂਰਾ ਹੋ ਰਿਹਾ ਹੈ ਅਭੀ ਮੈਂ ਬੰਬਈ ਦਾ ਐਂਡ ਮਸੂਸ ਕਰਦੇ ਸਾਰੇ ਆਰਟਿਸਟ ਵੀ ਯਾਰ ਉੱਥੇ ਅਸੀਂ ਗਾਣਾ ਗਾ ਕੇ ਆ ਜੀ ਆਹਾਂ ਜਦੋਂ ਉੱਥੇ ਦੇ 뮤직 ਡਾਇਰੈਕਟਰ ਨੂੰ ਉਹ ਕੋਈ ਹੋਰ ਕੰਪੋਜੀਸ਼ਨ ਕਰਕੇ ਬੈਠੇ ਹੁੰਦੇ ਤੁਸੀਂ ਕੁਝ ਆਪਣੇ ਵੱਲੋਂ ਹੋਰ ਨਵੀਂ ਚੀਜ਼ ਕਰਨ ਵਾਕਿਆ ਤੇ ਫਿਰ ਉਹ ਬਹੁਤ ਜ਼ਿਆਦਾ ਮਹਿਸੂਸ ਕਰਦੇ ਯਾਰ ਵੀ ਇਹ ਤਾਂ ਬਹੁਤ ਜਨ ਵਧੀਆ ਜਾ ਰਹੀ ਹੈ ਇਹ ਸੋਚਿਆ ਨਹੀਂ ਸੀ ਵੀ ਇੱਥੇ ਤੱਕ ਇਹਦੀ ਰੇਂਜ ਹੋਗੀ ਸਹੀ ਗੱਲ ਹੈ ਵਾਕਈ ਸੋ ਇੰਦਾਂ ਦੇ ਕਈ ਮੇਰੇ ਸਾਹਮਣੇ ਗੱਲਾਂ ਆਈਆਂ ਕਿ ਉਹਦੇ ਵਿੱਚ ਜਦ ਮੈਂ ਛੋਟਾ ਬੱਚਾ ਤਾਂ ਉਹਦਾ ਐਂਡ ਬਹੁਤ ਉੱਚਾ ਕੀਤਾ ਸੀ ਉਹਨਾਂ ਨੇ ਨਹੀਂ ਕੀਤਾ ਸੀ ਮੈਂ ਕਰਤਾ ਸੀ ਅੱਛਾ ਜੀ ਸੋ ਵੀ ਉਹ ਸਚਨ ਜੀ ਗਰਵਨਨ ਵੀ ਬੜਾ ਅੱਛਾ ਮਸਯੂਜ਼ ਕੀਤਾ ਯਾਰ ਬਾਜੀ ਤੁਸੀਂ ਤੁਹਾਡੀ ਰੇਂਜ ਬੜੀ ਅੱਛੀ ਹੈ। ਕੀ ਬਾਤ ਹੈ। ਸੋ ਮੈਨੂੰ ਵੀ ਬੜਾ ਚੰਗਾ ਲੱਗਦਾ ਹੈ। ਇਹ ਮੌਕਾ ਕਿੱਦਾਂ ਮਿਲਿਆ ਮਤਲਬ ਜੀ ਮੈਂ ਕਦੀ ਸਾਡੀ ਗਲੀ ਆਇਆ ਕਰੋ ਜਾਂ ਫਿਰ ਜਦ ਮੈਂ ਛੋਟਾ ਬੱਚਾ ਥਾ ਇਹ ਗਾਣੇ ਤੁਹਾਡੇ ਤੱਕ ਕਿੱਦਾਂ ਪਹੁੰਚੇ ਕਿੱਦਾਂ ਪਹੁੰਚ ਕੀਤੇ ਹੋਣਾ। ਮੈਨੂੰ ਬਿਲਕੁਲ ਨਹੀਂ ਪਤਾ ਇਹਦੇ ਬਾਰੇ ਕਿਉਂਕਿ ਸਾਡੀ ਗਲੀ ਗਾਣਾ ਜਿਹੜਾ ਉਹ ਇੰਗਲੈਂਡ ਤੋਂ ਹੀ ਜੇ ਨਾਲ ਹੀ ਮੈਂ ਗਾਇਆ ਸੀ। ਜੀ। ਉਹਨਾਂ ਕੋਲ ਉਹਨਾਂ ਨੇ ਲੈ ਲਿਆ। ਮੇਰੇ ਨਾਲ ਕੋਈ ਤਾਲ ਮਿਲਨੀ ਹੋਇਆ ਜੀ। ਮੈਨੂੰ ਬਿਲਕੁਲ ਨਹੀਂ ਪਤਾ ਸੀ। ਅੱਛਾ। ਤੇ ਮੌਸਮ ओके ਉਹਨਾਂ ਨੇ ਮੇਰੇ ਆਫਿਸ 'ਮੋਂ ਕੀਤਾ ਸੀਗਾ ਅੱਛਾ ਜੀ ਤੇ ਫਾਲਤੂ ਪਿਕਚਰ ਦਾ ਜਿਹੜਾ ਉਹ ਆਪਣੇ ਹਾਰਡ ਕੋਰ ਜਿਹੜੀ ਆ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਅੱਛਾ ਜੀ ਤੇ ਉਹ ਉਹਨਾਂ ਨੇ ਰਿਕਾਰਡ ਕਰਵਾਇਆ ਸੀਗਾ ਓਕੇ ਤੇ ਗਾ ਹੁਣ 5-6 ਫਿਲਮਾਂ ਦੇ ਗਾਣੇ ਮੈਂ ਕਰਕੇ ਆਇਆ ਪਰ ਉਹਨਾਂ ਦਾ ਨਾਂ ਤਾਂ ਨਹੀਂ ਉਹ ਦੱਸੇ ਬਾਲੀਵੁੱਡ ਫਿਲਮਾਂ ਦੇ ਹਾਂਜੀ ਕਰਕੇ ਰੱਖੇ ਆ ਪ੍ਰੀਤਮ ਜੀ ਹਮੇਸ਼ ਰਸ਼ਮੀਆਂ ਤੇ ਅਮਿਤ ਤ੍ਰਵੇਦੀ ਜੀ ਉਹਨਾਂ ਨੇ ਵੀ ਗਾਣਾ ਕੀਤਾ ਸੀ ਜੀ ਸ਼ਾਇਦ ਕਿਸੇ ਟਾਈਮ ਵੀ ਪਟਾਕੇ ਪੈ ਸਕਦੇ ਜੀ। ਕੀ ਬਾਤ ਹੈ ਕੀ। ਇਹ ਬਹੁਤ ਵੱਡੀ ਅਚੀਵਮੈਂਟ ਆਪਣੇ ਵਿੱਚ ਕਿੱਥੋਂ ਤੁਸੀਂ ਸ਼ੁਰੂ ਕੀਤਾ ਸੀਗਾ ਕਿ ਨਹੀਂ? 2-3 3 ਸਾਲ ਦੀ ਤੁਹਾਡੀ ਉਮਰ ਸੀਗੀ। ਕਿਸ ਮਾਹੌਲ ਵਿੱਚ ਉਹ ਖਾਸ ਤੌਰ ਤੇ ਸ਼ੁਰੂ ਕੀਤਾ ਸੀਗਾ ਤੇ ਕਿਦਾਂ ਅਚੀਵ ਕਰਦੇ ਕਰਦੇ ਹੁਣ ਬਾਲੀਵੁੱਡ ਵਿੱਚ ਧਮਾਲਾਂ ਪਾ ਰਹੇ ਨੇ ਤੇ ਤਮਾਕੇ ਪਾਉਣੇ ਆ ਜੀ। ਬਿਲਕੁਲ। ਉਹ ਕਿਸੇ ਵੀ ਟਾਈਮ ਪਟਾਕੇ ਹੀ ਪੈ ਸਕਦੇ ਤਮਾਕੇ ਬੁਰੇ ਜ਼ਬਰਦਸਤ ਪੈਣੇ ਨੇ। ਅੱਛਾ ਇਹ ਸੈਡ Songਸ ਨੂੰ ਲੈ ਕੇ ਬੀਟ Song ਤਾਂ ਸੁਣਦੇ ਸੁਣਾਗੇ ਆਪਾਂ ਨਾਲ ਦੀ ਨਾਲ ਤੇ ਇੱਕ ਸੈਡ Song ਮੈਂ ਚਾਹਣਾ ਕਿ ਤੁਸੀਂ ਕੋ ਜਿਹੜਾ ਤੁਹਾਡੀ ਕੈਟਾਗਰੀ ਦਾ ਸੀਗਾ ਨੇ ਕੈਸਟ ਵਿੱਚ ਮੈਂ ਪਾ ਦਿੰਨਾ। ਅੱਜ ਇੱਕ ਮੈਂ ਨੰਬਰ ਗ੍ਰੀਤਵਾਜੀ ਨੰਬਰ ਗਾਣਾ ਇਕ ਤਿਆਰ ਕੀਤਾ ਜੋ ਸ਼ੇਅਰ ਕਰਦਾ ਸਾਰਿਆਂ ਨੂੰ ਮੈਂ ਸਟੇਜਾਂ ਤੇ ਗਾਉਣਾ ਉਹ ਓਕੇ ਹਾਲੇ ਪਾਸੇ ਕਰਾਈਆ ਨਾ ਮੈਨੂੰ 6 ਮਹੀਨੇ ਤੱਕ ਗਵਾ ਦੇਣ ਨੂੰ ਗਿਆ ਪਰ ਉਹ ਗਾਣਾ ਬੜਾ ਅੱਛਾ ਹੈ ਤੇ ਉਮੀਦ ਹੈ ਵੀ ਸਾਰਿਆਂ ਨੂੰ ਪਸੰਦ ਆਊਗਾ ਚੱਲਿਆ ਦਿਲ ਚੱਲਿਆ ਨਾਰੋ ਚੱਲਿਆ ਦਿਲ ਚੱਲਿਆ ਨਾਰੋ ਉਹਨਾ ਬਦਲੇ ਰੋਣਾ ਚੰਗਾ ਨਹੀਂ ਉਨਾ ਬਦਲੇ ਰੋਣਾ ਚੰਗਾ ਨਹੀਂ ਜਿਹੜੇ ਗਏ ਕਿਸੇ ਦੇ ਉਹ ਚੱਲਿਆ ਉਹ ਦਿਲਾਂ ਚੱਲਿਆ ਨਾਰੋ ਚੱਲਿਆ ਦਿਲਾਂ ਚੱਲਿਆ ਨਾਰੋ ਤੇ ਬਹੁਤ ਖੂਬ ਜਬਾਤ ਹੈ ਤਾਂ ਉਮੀਦ ਕਰਦੇ ਆਂ ਕਿ ਜਿਹੜਾ ਤੁਹਾਡਾ ਇਹ ਗੀਤ ਹੈ ਮਤਲਬ ਸੁਪਰ ਡੂਪਰ ਹਿੱਟ ਜਾਵੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਬਹੁਤ ਪਿਆਰ ਨਾਲ ਤੁਸੀਂ ਗਾਇਆ ਅ اچھا ਤੇ ਤੁਸੀਂ ਇਹਦੇ ਨਾਲ ਨਾਲ ਕਵਾਲੀ ਦਾ ਵੀ ਮਨੂ ਜ਼ਿਕਰ ਕਰ ਰਹੇ ਸੀਗੇ ਨੇ ਜੀ 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 ਵੀ ਆਪਾਂ ਪਹਿਲਾਂ ਬੈਠੇ ਗੱਲ ਕਰਦੇ ਸੀ ਤਾਂ ਉਹ ਵੀ ਕੀਤੀ ਹੈ ਜੀ ਤਾਂ ਇਹ ਕਵਾਲੀ ਵੱਲ ਰੁੱਕ ਕਿੱਦਾਂ ਮੁੜਿਆ ਜਾਂ ਫਿਰ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਵੈਸੇ ਹੀ ਬਸ ਕੋਸ਼ਿਸ਼ ਕਰੀ ਦੀ ਭਈ ਹਰ ਤਰ੍ਹਾਂ ਦਾ ਕੁਝ ਨਾ ਕੁਝ ਓਕੇ ਹੋ ਜਾਏ ਹਾਂ ਹਾਂ ਸੋ ਸ਼ਬਦ ਵੀ ਆ ਭਜਨ ਵੀ ਆ ਪੇਟਾ ਵੀ ਆ ਸਾਰਾ ਕੁਝ ਮੈਂ ਵਕਰਾ ਵਕਰਾ ਕਰਕੇ ਰੱਖਿਆ ਜੀ ਅੱਛਾ ਵੀ ਚਲੋ ਹਰ ਇੱਕ ਨੂੰ ਹਰ ਤਰ੍ਹਾਂ ਦਾ ਮੈਟਰ ਸਾਰਾ ਦੀ ਝੂਲੀ ਪੈ ਜਾ। ਕੀ ਬਾਤ ਹੈ। ਸੋ ਕੋਸ਼ਿਸ਼ ਕੀਤੀ ਇੱਕ ਕਵਾਲੀ ਦੀ ਉਹਦੇ ਲਈ ਵਸ ਸਰਗਮ ਕਰਨ ਵਾਲੀ ਰਹਿ ਗਈ ਉਹ ਜਾ ਕੇ ਕਰੂੰਗਾ ਜੀ। ਬਾਅਦ ਮੈਨੂੰ ਆਉਣ ਵਾਲਾ ਟਾਈਮ ਵਿੱਚ ਇਹ ਵੀ ਕਵਾਲੀ ਵੀ ਰੂ ਰੂ ਸਾਰਿਆਂ ਦੇ ਨਾਲ ਕਰਾਂਗੇ ਤੁਸੀਂ। ਅੱਛਾ ਤੇ ਇੱਕ ਹੋਰ ਗੀਤ ਜਿਹੜਾ ਮੈਂ ਤੁਹਾਡੇ ਵੱਲੋਂ ਸੁਣਨਾ ਚਾਹੁੰਦਾ ਕਿ ਜਿਹੜਾ ਤੁਹਾਡੇ ਦਿਲ ਦੇ ਬੇहद ਕਰੀਬ ਹੈ। ਜੀ। ਹਾਂਜੀ। ਤੁਹਾਡੇ ਵੱਲੋਂ ਕਿਹੜਾ ਗੀਤ ਹੈ? ਮੈਂ ਪਿੱਛੇ ਜੇ ਮੇਰਾ ਗਾਣਾ ਆਇਆ ਸੀਗਾ ਛੱਡ ਦੇ ਲਰੋ ਨਾ ਬਗਾਨਿਆਂ ਤੇਰੀ ਉਹਦਾ ਮੈਂ ਦੋ ਲਾਈਨਾਂ ਤੁਹਾਨੂੰ ਸੁਣਾਉਂਦਾ। ਜੇ ਸਮਝ ਆ ਹੁੰਦਾ ਉਹਨੇ ਪਿਆਰ ਸਾਡੇ ਨੂੰ ਤੇਯਾ ਜਿਸਨੂੰ ਦਿਲੋਂ ਉਹ ਕੱਢ ਕੇ ਨਾ ਜਾਂਦੀ ਛੱਡ ਦਿਲਾਰੋ ਨਾ ਬੇਗਾਨਿਆ ਦੇ ਲਈ ਹੁੰਦੀ ਆਪਣੀ ਤਾਂ ਤੈਨੂੰ ਕਦੇ ਛੱਡ ਕੇ ਨਾ ਜਾਂਦੀ ਛੱਡ ਦਿਲਾਰੋ ਨਾ ਬੇਗਾਨਿਆ ਦੇ ਲਈ ਹੁੰਦੀ ਆਪਣੀ ਤਾਂ ਤੈਨੂੰ ਕਦੇ ਛੱਡ ਕੇ ਨਾ ਜਾਂਦੀ ਅਈ ਛੱਡ ਕੇ ਨਾ ਜਾਂਦੀ ਸੱਚੀ ਛੱਡ ਕੇ ਨਾ ਜਾਂਦੀ ਕੀ ਬਾਤ ਹੈ ਜੀ ਕੀ ਬਾਤ ਹੈ ਬਹੁਤ ਖੂਬ ਆ ਜੀ ਵਾਕਈ ਇੱਕ ਤੁਹਾਡੀ ਵੱਖਰੀ ਆਵਾਜ਼ ਹੈ ਮਤਲਬ ਇਹ ਤੁਹਾਡੀ ਕਿਸੇ ਹੋਰ ਕਹਿੰਦਾ ਵੀ ਇਹਦੇ ਨਾਲ ਮਿਲਦੀ ਹੈ ਇਹਦੇ ਨਾਲ ਤੁਹਾਡੀ ਜਮੇ ਡਿਫਰੈਂਟ ਇੱਕ ਟੋਨ ਹੈਗੀ ਹੈ ਕਿ ਨਹੀਂ ਇਹ ਉਹਦੀ ਵਕਸੀ ਨਾਲ ਹੀ ਹੁੰਦੀ ਹੈ ਜੀ ਵਾਕਈ ਸਹੀ ਗੱਲ ਇਹ ਵੀ ਇੱਕ ਵੱਡੀ ਚੀਜ਼ ਹੈ ਨਹੀਂ ਅੱਜ ਕੱਲ ਤਾਂ ਕਹੀ ਜਾਂਦਾ ਯਾਰ ਆ ਗਾਣਾ ਸੁਣਿਆ ਲੱਗਦਾ ਡਿੱਟੋ ਕਾਪੀ ਕਰਦਾ ਹੁੰਦਾ ਸੀਗਾ ਜੀ ਮਲਕੀਤ ਪਾਜੀ ਦੇ ਗਾਣਿਆਂ ਦੀ ਹਾਂ ਸਵਾਈ ਦੇ ਸਰਦੂਰ ਪਾਜੀ ਉਹਨਾਂ ਦੇ ਅੱਛਾ ਤੇ ਮਾਨਕ ਸਾਹਿਬ ਉਹਨਾਂ ਦੇ ਓਕੇ ਪਰ ਫਿਰ ਪਤਾ ਨਹੀਂ ਮਨ ਚ ਕੀ ਆ ਵੀ ਯਾਰ ਵੀ ਮੈਂ ਕਿੱਦਾਂ ਫਿਰ ਗਾ ਅੱਗੇ ਚੱਲੇਗਾ ਫਿਰ ਟੋਟਲੀ ਡਿਫਰੈਂਟ ਕੁਦਰਤੀ ਵੀ ਹੋ ਗਈ ਤੇ ਆਪ ਵੀ ਵਾਕੇ ਵਾਕੇ ਉਹ ਚੰਗਾ ਡਿਸੀਜਨ ਲੈ ਰਿਹਾ ਕਿਉਂਕਿ ਹੁਣ ਜਿਹੜੀ ਤੁਹਾਡੀ ਆਵਾਜ਼ ਆ ਤੁਹਾਡੀ ਟੋਨ ਆ ਮੇਰੇ ਕੋਲ ਤੁਹਾਡੀ ਹੋਵੇ ਉਹ ਕੋਈ ਹੋਰ ਦੂਜਾ ਤੀਜਾ ਚੌਥਾ ਹੈ ਹੀ ਨਹੀਂ ਕੋਈ ਬੰਦਾ ਉਸ ਕੈਟੇਗਰੀ ਇੱਕ ਨਾਲ ਦੀ ਨਾਲ ਇੱਕ ਤੁਹਾਡਾ ਇੱਕ ਸਟਾਈਲ ਵੀ ਐਦਾਂ ਦਾ ਜਿਹੜਾ ਸਿਰਫ ਤੁਹਾਡਾ ਹੀ ਹੈ ਬਿਲਕੁਲ ਉਹ ਤੁਹਾਡੀ ਦਾੜੀ ਦਾ ਸਟਾਈਲ ਇਹ ਦਾੜੀ ਦਾ ਸਟਾਈਲ ਦੀ ਕੁਦਰਤੀ ਇਹ ਵੀ ਬਣਿਆ ਇੱਥੇ ਮੇਰੇ ਆਉਂਦੀ ਨਹੀਂ ਹੁੰਦੀ ਸੀ ਬੰਦੇ ਇਦਾਂ ਹੀ ਰੱਖ ਲਈਏ ਜੀ ਪਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਮਤਲਬ ਕਾਫੀ ਜਿਹੜਾ ਯੂਥ ਹੈ ਉਹਨੇ ਬਹੁਤ ਫਾਲੋ ਕੀਤਾ ਤੁਹਾਡੇ ਸਟਾਈਲ ਨੂੰ ਤੇ ਦਾੜੀ ਦਾ ਤਾਂ ਖਾਸ ਤੌਰ ਤੇ ਤੁਹਾਡੀ ਇੱਕ ਵੱਖਰੀ ਪਹਿਚਾਣ ਹੈ ਜੇ ਕੋਈ ਕਹੇ ਨਾ ਚਿਹਰਾ ਇੱਥੋਂ ਲੁਕੋ ਕੇ ਆ ਆ ਵੀ ਐਨਾ ਦੱਸੋ ਕਿਹਨਾਂ ਦਾ ਤਾਂ ਆਪੇ ਕਹਿ ਸਕਦਾ ਹੋਊ ਕਿ ਇਹ ਤੇ ਨਾਲ ਦੀ ਨਾਲ ਪੱਗ ਦਾ ਜਿਹੜਾ ਤੁਹਾਡਾ ਸਟਾਈਲ ਹੈ ਇਹ ਵੀ ਤੁਹਾਡਾ ਵੱਖਰਾ ਹੈਗਾ ਇਹ ਸਟਾਈਲਿੰਗ ਫਿਰ ਕੁਦਰਤੀ ਆਈ ਹੈ ਜਾਂ ਮਲੇ ਦਾੜੀ ਦੇ ਤੁਸੀਂ ਦੱਸੇ ਦਿੱਤੀ ਹੈ ਤਾਂ ਪੱਗ ਦੀ ਜਿਹੜੀ ਸਟਾਈਲਿੰਗ ਹੈ ਇਹ ਤੁਹਾਡਾ ਆਪਣਾ ਹੀ ਸੀਗਾ ਸਾਡੀ ਫੈਮਿਲੀ ਨੂੰ ਵੀ ਬੜਾ ਲਿਖਾਵਾ ਹੈ ਪੱਗ ਦੇ ਨਾਲ ਕਿਉਂਕਿ ਸਾਡੇ ਅੰਗ ਹੈ ਇਹ ਸਾਡੇ ਇੰਡੀਆ ਦਾ ਸੋ ਸਰਦਾਰੀਆਂ ਕੈਮਰਨ ਬਿਲਕੁਲ ਬਿਲਕੁਲ ਸੋ ਇਹਦੇ ਨਾਲ ਪਹਿਚਾਨ ਬਣਦੀ ਹੈ ਜੀ ਬਾਕੀ ਦੇਸ਼ਾਂ ਦੇ ਵਿੱਚ ਵੀ ਪਤਾ ਲੱਗਦਾ ਵੀ ਵਿੱਚ ਮਿਕਸ ਨਹੀਂ ਹੁੰਦੇ ਸਹੀ ਗੱਲ ਹੈ ਨਹੀਂ ਤਾਂ ਕੋਈ ਗਲਤ ਕੰਮ ਕੋਈ ਕਰ ਜਾਂਦਾ ਤੇ ਪੱਲੇ ਉਹ ਕਿਸੇ ਦੇ ਪੈ ਜਾਂਦਾ ਹੈ ਹਰ ਬੰਦੇ ਦੀ ਆਪੋ ਆਪਣੀ ਪਹਿਚਾਨ ਹਰ ਦੇਸ਼ ਦੀ ਉਹ ਹੋਣੀ ਚਾਹੀਦੀ ਪਹਿਰਾਵੇ ਤੋਂ ਹੋਣੀ ਚਾਹੀਦੀ ਹੈ ਭਾਸ਼ਾ ਤੋਂ ਹੋਣੀ ਚਾਹੀਦੀ ਹੈ ਸੋ ਅਸੀਂ ਕੋਸ਼ਿਸ਼ ਕੀਤੀ ਵੀ ਹਰ ਹਰ ਦੇਸ਼ ਦੇ ਬੱਚੇ ਮੈਂ ਜਿੰਨੇ ਵੀ ਕੰਟਰੀਆਂ 'ਚ ਹੁਣ ਤੱਕ ਗਾ ਕੇ ਆਇਆ ਸੋ ਪਗ ਤਾਂ ਪਗ ਦਾ ਕਰਕੇ ਜਿਆਦਾ ਪਛਾਣ ਹੁੰਦੀ ਹੈ। ਵਾਕਿਆ ਇਹ ਤੁਹਾਡੇ ਲਈ ਮੈਂ ਜ਼ਿਕਰ ਖਾਸ ਤੌਰ ਤੇ ਪਗ ਦਾ ਇਸ ਕਰਕੇ ਕਿਉਂਕਿ ਜਦੋਂ ਤੁਸੀਂ ਸ਼ੁਰੂਆਤ ਕੀਤੀ ਆ ਉਦੋਂ ਬਹੁਤ ਬਹੁਤ ਜ਼ਿਆਦਾ ਲੋਕ ਪਗ ਨਹੀਂ ਬੰਨ੍ਹਦੇ। ਅੱਜ ਕੱਲ ਤਾਂ ਹੁਣ ਟ੍ਰੈਂਡ ਹੋ ਗਿਆ ਲੋਕੀ ਪਗ ਹੁਣ ਫਿਰ ਤੋਂ ਇੱਕ ਵਾਰ ਬਨਣ ਲੱਗ ਗਿਆ। ਪਰ ਤੁਸੀਂ ਉਦੋਂ ਤੋਂ ਕੈਮ ਰੱਖਿਆ ਸਰਦਾਰੀ। ਤਾਂ ਇਹ ਆਪਣੇ ਆਪ ਵਿੱਚ ਲਾਗਾਂ ਜੋਗੀ ਇੱਕ ਗੱਲ ਹੈਗੀ। ਮੈਂ ਹੁਣ ਰੂਬੀ ਸ਼ਹਿਰ ਕਾ ਕੇ ਆਂ ਜੀ ਵਿਆਹ ਦਾ ਪ੍ਰੋਗਰਾਮ ਕਰਕੇ ਆਫਰੀਕਾ ਚ। ਉੱਥੇ ਉਹ ਕਾਲਿਆ ਨੇ ਮੈਨੂੰ ਫਰਮਾਇਸ਼ ਕੀਤੀ ਜਿੰਨੇ ਗਾਲ ਦੇ ਗਾਨੀ ਦੇ ਤੇਰੇ ਮਨ ਕੀ ਉਹਨੇ ਤੇਰੇ ਯਾਰ ਬਣਨੇ ਅੱਛਾ ਜੀ ਪੰਜਾਬੀ ਸਿੱਖੀ ਉਹਨਾਂ ਨੇ ਪ੍ਰੋਪਰ ਕਿਆ ਬਾਤ ਤਾਂ ਮੈਂ ਫਿਰ ਦੋਹ ਦੇ ਪੱਗ ਬਨ ਗਏ ਅੱਛਾ ਜੀ ਹਾਂ ਉਹਨੂੰ ਕਹਿੰਦਾ ਪੱਗ ਬਨ ਨਹੀਂ ਚਾਹੁੰਦੇ ਮੇਰੇ ਬੰਦ ਲੈ ਵੰਦਨ ਦੇ ਭਾਈ ਵਾਹ ਜੀ ਵਾਹ ਜੀ ਕਿਆ ਹੀ ਬਾਤ ਹੈ ਫਿਰ ਬਨ ਕੇ ਆ ਜੀ ਨੇ ਵੈਰੀ ਨਾਈਸ ਵਾਜੀ ਭਾਈ ਅਜੀ ਫਿਊਚਰ ਦੇ ਵਿੱਚ ਹੋਰ ਕੀ ਕੁਝ ਅਸੀਂ ਤੁਸੀਂ ਦੱਸ ਤਾਂ ਹਲਕਾ ਹਲਕਾ ਤਾਂ ਸਾਨੂੰ ਦੱਸ ਹੀ ਦਿੱਤਾ ਹੈ ਕਿ ਐਦਾਂ 4-5 ਟਰੈਕ ਆ ਰਹੇ ਨੇ ਤੇ ਐਗਜ਼ੈਕਟਲੀ ਕਿਹੜੀ ਕਿਹੜੀ ਐਲਬਮਸ ਆ ਰਹੀਆਂ ਨੇ ਹੋਰ ਕੁਝ ਕਿਹੜਾ ਬਿਲਕੁਲ ਤਿਆਰ ਬ ਚਾਰ ਫੋਕ ਗਾਣਿਆਂ ਦੀ ਪਈਆਂ ਤਿੰਨ ਚਾਰ ਟਿਪਾਂ ਮੇਰੇ ਕੋਲ ਤਿਆਰ ਹੈ ਹਾਂ ਹਾਂ ਧਾਰਮਿਕ ਦਲੇਰ ਖਾਲਸਾ ਟਿਪ ਪਈ ਆ ਓਕੇ ਭੇਟਾ ਦੀ ਪਈ ਆ ਗੁਰੂ ਰਵਿਦਾਸ ਜੀ ਦੀ ਪਈ ਆ ਭਗਵਾਨ ਬਾਲਮੀ ਜੀ ਦੇ ਭਜਨ ਪਈ ਆ ਹਾਂ ਹਾਂ ਸੋ ਸਾਰੀਆਂ ਕਿਊਜ਼ ਭਈਆਂ ਨੇ ਜੀ ਇਸੇ ਕਰਕੇ ਮੈਂ ਆਪਣੀ ਕੰਪਨੀ ਖੋਲੀ ਆ ਓਕੇ ਵੀ ਟਰਨ ਬਾਈ ਟਰਨ ਮੈਂ ਉਹਨਾਂ ਨੂੰ ਕੱਢ ਸਕਾਂ ਜੀ ਜੀ ਬਿਲਕੁਲ ਸਹੀ ਤੇ ਵੀਡੀਓਜ਼ ਵੀ ਤਿਆਰ ਹੋ ਚੁੱਕੀਆਂ ਨੇ ਮਤਲਬ ਨਹੀਂ ਵੀਡੀਓ ਹਲੇ ਕਰਨੀਆਂ ਜੀ ਓਕੇ ਹਾਂ ਇੱਕ ਦੋ ਦੀਆਂ ਹੋਈਆਂ ओके सो ਬਾਕੀ ਵੀ ਟਾਈਮ ਲੱਗਦਾ ਜੀ ਵਿੱਚ ਵਿੱਚ ਸ਼ੋ ਵੀ ਆ ਜਾਂਦੇ ਆ ਪਰ ਅੱਜ ਵੀ ਮੈਂ ਇੰਗਲੈਂਡ ਤੋਂ ਸਿੱਧਾ ਇੱਥੇ ਆ ਗਿਆ ਜੀ ਤੁਹਾਡੇ ਚਾਹ ਤਿਆਰੀ ਸਹੀ ਗੱਲ ਹੈ ਸਹੀ ਗੱਲ ਹੈ ਐਜ਼ ਇਟ ਇਜ਼ ਸਾਡੇ ਕੋਲ ਆ ਗਿਆ ਤੇ ਸ਼ੋ ਵਿੱਚ ਆਇਆ ਵੈਲ ਪਾ ਜੀ ਹੁਣ ਇੱਥੇ ਵਿੜਾ ਇੱਕ ਬ੍ਰੇਕ ਦਾ ਹੋ ਗਿਆ ਤੇ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਹੋਣ ਵਾਲੇ ਨੇ ਜੀ ਟਿਸ਼ਕਾਂ ਡਿਸ਼ਕਾਂ ਅੱਛਾ ਜੀ ਹਾਂ ਕੁਐਸਚਨ ਆਨਸਰ ਫਾਇਰਿੰਗ ਕੁਐਸਚਨ ਆਨਸਰ 라ਉਂਡ ਕਿ ਨਹੀਂ ਹਾਂ ਸੋ ਦੋਸਤੋ ਤੁਸੀਂ ਵੀ ਕਿਤਨ ਆਇਆ ਜੀ ਕੁਇਕ ਫਾਇਰ ਕੁਐਸਚਨ ਆਨਸਰ 라ਉਂਡ ਆਪਾਂ ਖੇਡਾਂਗੇ ਜੀ ਇੱਥੇ ਲੈਂਬਰ ਹੁਸੈਨਪੁਰੇ ਦੇ ਨਾਲ ਤੇ ਬਸ ਇੱਕ ਨਿੱਕੀ ਜਿਹੀ ब्रेक ਤੋਂ ਬਾਅਦ ਬੈਲਿਓ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੀਡੀਸੀ ਸੁਪਰਸਟਾਰ ਤੁਸੀਂ ਵੇਖ ਰਹੇ ਹੋ ਤੇ ਮੁਲਾਕਾਤ ਆਪਾਂ ਕਰਨਗੇ ਲੈਂਬਰ ਹੁਸੈਨਪੁਰੀਆ ਜੀ ਦੇ ਨਾਲ ਲੈਂਬਰ ਬਾਜੀ ਜਿੱਦਾਂ ਕਿ ਮੈਂ ਬ੍ਰੇਕ ਤੋਂ ਪਹਿਲਾਂ ਕਿਹਾ ਸੀਗਾ ਕਿ ਹੁਣ ਆਪਾਂ ਡਿਸ਼ ਕਿ ਐਂਡ ਡਿਸ਼ ਕਿ ਐਂ ਕੁਇਕ ਫਾਇਰ ਕੁਐਸਚਨ ਆਨਸਰ ਰਾਊਂਡ ਖੇਲਣਾ ਜੀ ਹੁਣ ਮੈਨੂੰ ਤਾਂ ਡਰ ਲੱਗਣ ਡਿਆ ਵੀ ਪਤਾ ਨਹੀਂ ਕੀ ਨਹੀਂ ਡਰਨ ਦੀ ਵਾਲੀ ਲੋੜ ਨਹੀਂ ਹੈਗੀ ਖੁੱਲਣ ਲੱਗਿਓ ਤੇ ਇਹਦੇ ਵਿੱਚ ਦੋ ਹੋਣਗੇ categories ਇੱਕ ਹੋਗੀ ਕੁਇਕ ਫਾਇਰ ਕਵੈਸਚਨ ਆਨਸਰ ਹੁਣ ਦੂਜੀ ਰੈਪਿਡ ਫਾਇਰ ਹੋਗੀ ਮੈਂ ਤੁਹਾਨੂੰ ਪਹਿਲੇ ਜਿਹੜੀ ਕੈਟਾਗਰੀ ਉਹਦੇ ਬਾਰੇ ਦੱਸਦਾ ਕੁਇਕ ਫਾਇਰ ਦੇ ਵਿੱਚ ਤੁਹਾਨੂੰ ਮੈਂ ਇੱਕ ਕੁਐਸਚਨ ਪੁੱਛੂੰਗਾ ਤੇ ਤੁਸੀਂ ਉਹਦਾ ਆਨਸਰ ਇੱਕ ਲਾਈਨ ਦੇ ਵਿੱਚ ਦੇਣਾ ਅੱਛਾ ਬੜਾ ਲੰਬਾ ਚੌੜਾ ਨਹੀਂ ਇੱਕ ਲਾਈਨ ਦੇ ਵਿੱਚ ਤੁਸੀਂ ਦੇਣਾ ਕਿ ਨਹੀਂ ਸੋ ਸਟਾਰਟ ਕਰੀਏ ਪਹਿਲੇ ਵਾਲੇ ਨਾਲ ਆਪਾਂ ਹਾਂਜੀ ਕਰੀਏ 올 द बेस्ट ਠੀਕ ਫੇਵਰਿਟ 뮤직 ਡਾਇਰੈਕਟਰ ਜੈਦੇਵਿਕ ਪਰ ਫੇਵਰਿਟ ਪੰਜਾਬੀ ਸਿੰਗਰ ਖਰਦਾਸ ਭਾਜੀ ਫੇਵਰਿਟ ਬਾਲੀਵੁੱਡ ਐਕਟਰ ਅਮਿਤਾਭ ਵਚਨ ਜੇ ਰੱਬ ਤੁਹਾਡੀ ਕੋਈ ਇੱਕ ਵਿਸ਼ ਪੂਰੀ ਕਰਨਾ ਚਾਹੇ ਤਾਂ ਉਹ ਕਿਹੜੀ ਹੋਏਗੀ ਬੱਸ ਮੈਨੂੰ 뮤ਜ਼ਿਕ ਨਾਲ ਹੀ ਜੁੜੇ ਰਹਿਣ ਦੀ ਬਖਸ਼ਿਸ਼ ਕਰ ਬੈਸਟ ਫੇਵਰਿਟ ਪੰਜਾਬੀ ਫੂਡ ਸਾਗ ਮੱਕੀ ਦੀ ਰੋਟੀ ਫ੍ਰੀ ਟਾਈਮ ਕਿੱਥੇ ਸਪੈਂਡ ਕਰਨਾ ਪਸੰਦ ਕਰਦੇ ਹੋ ਕਰਜ ਸਿੰਗਿੰਗ ਤੋਂ ਇਲਾਵਾ ਤੁਹਾਡੀ ਹੋਰ ਕਿਹੜੀਆਂ ਹੌਬੀਜ਼ ਨੇ ਬਸ ਮੈਂ ਯਾਰਾਂ ਦੋਸਤਾਂ ਲਈ ਖਾਣਾ ਬਣਾਉਣਾ ਬੜਾ ਪਸੰਦ ਕਰਦਾ ਜੀ ਅੱਛਾ ਜੀ ਮੈਂ ਬਣਾ ਲੈਣਾ ਜੀ ਸਾਰਾ ਖਾਈ ਹਾਈ ਕੀ ਬਾਤ ਹੈ ਫੇਵਰਿਟ ਫੋਰਨ ਕੰਟਰੀ ਜੁਕੇ ਫੇਵਰਿਟ ਫੀਮੇਲ ਸਿੰਗਰ ਇਨ ਪੰਜਾਬੀ 뮤직 ਇੰਡਸਟਰੀ ਜਸਪਿੰਦਰ ਨਰੂਲਾ ਤੁਹਾਡੀਆਂ ਤਿੰਨ ਕੁਆਲਿਟੀਆਂ ਜੋ ਤੁਸੀਂ ਸਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦੇ ਹੋ ਬਸ ਜੀ ਇੱਕ ਤਾਂ ਖਾਣਾ ਬਣਾਉਂਦੇ ਹੋ ਉਹ ਪਤਾ ਲੱਗ ਗਿਆ ਚਲੋ ਜੀ ਜੀ ਹਾਂ ਇੱਕ ਮੈਂ ਹੈਲਪ ਕਰਤੀ ਹੁਣ ਦੋ ਤੁਸੀਂ ਦੱਸੋ ਦੂਸਰਾ ਮੈਂ ਨਿਊਜ਼ਪੇਪਰ ਦਾ ਜਾਂ ਡਿਸਕਵਰੀ ਹੈ ਵੈਸੇ ਅੱਛਾ ਹੈ ਤੀਸਰੀ ਤੀਸਰੀ ਬਸ ਕਪੜਾ ਲੈਣਾ ਚੰਗਾ ਪੌਣ ਦੀ ਹੰਤ ਕੀ ਬਾਤ ਇੱਕ ਹੋਰ ਹੈ ਮੁਸਕਰਾਉਂਦੇ ਬਹੁਤ ਵਧੀਆ ਨੇ ਭਾਜੀ ਕਿਨੇ ਹੰਦੀ ਬੋਸ ਕਰਾਣ ਬਹੁਤ ਜ਼ਿਆਦਾ ਨਗਈ ਛੋ। ਨੈਕਸਟ ਇਜ਼ ਦੋ ਗਾਣੇ ਜੋ ਤੁਸੀਂ ਹਮੇਸ਼ਾ ਸੁਣਨੇ ਪਸੰਦ ਕਰਦੇ ਹੋ। ਹੰਸਪਾ ਜੀ ਦਾ ਕੁੜੀਆਂ ਤਾਂ ਕੁੜੀਆਂ, ਗੁਰਦਾਸਪਾ ਜੀ ਦਾ ਆਪਣਾ ਪੰਜਾਬ। ਦੋ ਪੰਜਾਬੀ ਮੂਵੀਜ਼ ਜੋ ਤੁਹਾਡੀਆਂ ਬਹੁਤ ਫੇਵਰਿਟ ਨੇ। ਜੱਟ ਐਂਡ ਜੁਲੀਟ, ਕੈਰੀ ਆਨ ਡਟਾ। ਸੁਪਾ ਜੀ ਇਹ ਸੀਗਾ ਕੁਇਕ ਫਾਇਰ ਰਾਉਂਡ ਪਹਿਲਾ ਜਿਹੜਾ ਕੈਟਾਗਰੀ ਦੇ ਵਿੱਚ ਪਹਿਲਾ ਰਾਉਂਡ ਸੀਗਾ ਤੇ ਤੁਸੀਂ ਬਾਖੂ ਵੀ ਨਵਾਇਆ ਤੇ ਹੁਣ ਆਪਾਂ ਮੂਵ ਆਨ ਕਰ ਰਹੇ ਹਾਂ ਜੀ ਦੂਜੀ ਕੈਟਾਗਰੀ ਵਾਲਾ। ਉਹ ਹੈਗੀ ਆ ਜੀ ਰੈਪਿਡ ਫਾਇਰ। ਤੇ ਹੁਣ ਰੈਪਿਡ ਫਾਇਰ ਮੈਂ ਤੁਹਾਨੂੰ ਦੱਸਦਾ ਹਾਂ ਹਲਕਾ ਜਿਹਾ ਕੀ ਹੈ ਇਹਦੇ ਵਿੱਚ ਮੈਂ ਇੱਕ ਵਰਡ ਬੋਲੂਗਾ ਉਹ ਵਰਡ ਸੁਣਦੇ ਹੀ ਜੋ ਵੀ ਤੁਹਾਡੇ ਜ਼ੈਨ ਦੇ ਵਿੱਚ ਆਵੇਗਾ ਜੋ ਵੀ ਇਮੇਜ ਬਣੂਗੀ ਜੋ ਵੀ ਇੱਕ ਅੱਗੇ ਤੁਹਾਡੇ ਮਾਈਂਡ ਸ਼ੱਪਦਾ ਹੋਗਾ ਤੁਸੀਂ ਉਹ ਬੋਲਣਾ ਬਸ ਠੀਕ ਹੈ ਜੀ ਠੀਕ ਹੈ ਕੋਸ਼ਿਸ਼ ਕਰਦਾ ਜੀ ਹਾਂ ਆਲ ਦਾ ਬੈਸਟ ਹੈ देयर ਥੈਂਕ ਯੂ ਕਪੂਰਥਲਾ ਅੱਛਾ ਸ਼ਹਿਰ ਹੈ ਅਮਨ ਹੇਅਰ ਅੱਛਾ ਮਿਊਜ਼ਿਕ ਡਿਕਟਰ ਹੈ ਗੁਰਦਾਸ ਮਾਨ ਗੁਰਦਾਸ ਮਾਨ ਰੱਬ ਵਰਗਾ ਵੀਰ ਹੈ ਸਾਡਾ ਕੁਲਦੀਪ ਮਾਨਕ ਲੈਸਨਟ ਹੈ ਜੀ ਮੇਰੇ ਲਈ ਲੈਂਬਰ ਹੁਸੈਨਪੁਰ ਮੈਂ ਤਾਂ ਖਾ ਕੇ ਜੀ ਚੰਨ ਦੀ ਸਾਰਿਆਂ ਦੀ ਵੀਰ ਆ ਤੁਹਾਡਾ ਛੋਟਾ ਸਿੰਗਿੰਗ ਸਿੰਗਿੰਗ ਪਸੰਦ ਕਰਦਾ ਜੀ ਬਹੁਤ ਐਕਟਿੰਗ ਐਕਟਿੰਗ ਵੀ ਪਸੰਦ ਕਰਦਾ ਜੀ ਫੈਮਲੀ ਫੈਮਲੀ ਬਾਈਜ਼ ਅੱਛੇ ਆ ਜੀ ਸਾਰੇ ਕੁਝ ਜੱਟ ਪਾਗਲ ਕਰਤੇ ਬਹੁਤ ਚੰਗਾ Song ਸੀਗਾ ਜੀ ਆਰੇ ਚਲੋ ਜੀ ਆ ਵੀ ਬਾਕੂਬੀ ਤੇ ਬਹੁਤ ਪਿਆਰ ਨਾਲ ਤੁਸੀਂ ਬਹੁਤ ਮਿਠਾਸ ਨਾਲ ਲਵਾਇਆ ਕਿ ਨਹੀਂ ਥੈਂਕ ਯੂ ਜੀ ਕੋਸ਼ਿਸ਼ ਕੀਤੀ ਜੀ ਉਹ ਜ਼ਿਆਦਾ ਚੱਕਰਾਂ ਚ ਨਾ ਪਏ ਨਾ ਪਾਉਣ ਦਿੱਤੇ ਕਿ ਜਿੰਦਗੀ ਨਹੀਂ ਬਹੁਤ ਅੱਛੇ ਅੱਛੇ ਵਿੱਚ ਕਰਤਾ ਈ ਸਾਰਾ ਪਰ ਪਹਿਲੀ ਵਾਰੀ ਮੈਨੂੰ ਡਰਾਇਆ ਤੁਸੀਂ ਹਾਂ ਨਹੀਂ ਡਰਾ ਨਹੀਂ ਚਲੋ ਆਪਾਂ ਕੋਸ਼ਿਸ਼ ਕਰੀਏ ਵੀ ਸਿੰਪਲ ਜਿਹੜੇ ਸਵਾਸ ਤੁਹਾਡੇ ਤੱਕ ਪਹੁੰਚਾ ਤੇ ਭਾਜੀ ਬਹੁਤ ਹੀ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਕੇ ਇੱਥੇ ਤੁਸੀਂ ਬਿੰਦਾਸ ਸਾਰੀਆਂ ਗੱਲਾਂ ਸਾਰਿਆਂ ਨਾਲ ਕੀਤੀਆਂ ਨੇ ਦਿਲ ਖੋਲ੍ਹ ਕੇ ਕੀਤੀਆਂ ਨੇ ਆਪਣੀ ਜ਼ਿੰਦਗੀ ਦਾ ਔਖਾ ਦੌਰ ਸੀਗਾ ਉਹ ਵੀ ਸਾਰਿਆਂ ਨਾਲ ਸਾਂਝਾ ਕੀਤਾ ਐ ਸੀ ਤੇ ਸਭ ਤੋਂ ਜਿਹੜੀ ਚੰਗੀ ਗੱਲ ਹੈ ਸਾਨੂੰ ਆਪਣੀ ਜ਼ਿੰਦਗੀ ਦਾ ਜਿਹੜਾ ਔਖਾ ਦੌਰ ਸੀ ਉਹ ਵੀ ਸਾਰਿਆਂ ਨਾਲ ਦਿਲ ਖੋਲ੍ਹ ਕੇ ਸਾਂਝਾ ਕੀਤਾ ਹੈ ਮੇਰੇ ਖਿਆਲ ਬਹੁਤਾਂ ਲਈ ਇਨਸਪੀਰੇਸ਼ਨ ਵੀ ਹੋਊਗਾ ਅੱਜ ਦੀ ਇਹ ਇੰਟਰਵਿਊ ਜਿਹੜੀ ਹੈਗੀ ਬਿਲਕੁਲ ਜੀ ਕੋਸ਼ਿਸ਼ ਇਹੀ ਕੀਤੀ ਹੈ ਜੀ ਬਿਲਕੁਲ ਮੇਰੀ ਹਰ ਇੰਟਰਵਿਊ ਕੈਨੇਡਾ ਅਮਰੀਕਾ ਜਿੱਥੇ ਵੀ ਅਸੀਂ ਜਾਂਦੇ ਮੈਂ ਕੋਸ਼ਿਸ਼ ਕਰਦਾ ਮੈਂ ਜਿੰਨਾ ਸੱਚ ਬੋਲਿਆ ਜਾਵੇ ਕਿਉਂਕਿ ਝੂਠ ਬੋਲਣ ਦੇ ਨਾਲ ਤੁਹਾਡੀ ਲਾਈਫ ਚੰਗੀ ਨਹੀਂ ਹੋ ਸਕਦੀ ਸਹੀ ਗੱਲ ਹੈ ਹਰ ਬੱਚਾ ਹ ਸ਼ਾਇਦ ਮੇਨਾ ਪੜਦਾ ਹੋਊਗਾ ਮੇਰੇ ਨਾਲ ਉਹ ਖੇਡਿਆ ਹੋਊਗਾ ਤੇ ਮੈਨੂੰ ਉਹ ਟੀਵੀ ਤੇ ਦੇਖਦਾ ਹੋਊਗਾ ਜਦੋਂ ਬੰਦਾ ਮਸ਼ਹੂਰ ਹੁੰਦਾ ਉਹਨੂੰ ਦੇਖਦੇ ਹੀ ਨੇ ਸਾਰੇ ਵਾਕੇ ਵਾਕੇ ਤੇ ਮੈਂ ਨਹੀਂ ਚਾਹੁੰਦਾ ਵੀ ਮੈਂ ਝੂਠ ਬੋਲਾਂ ਮੈਂ ਉਹੀ ਚਾਹਣਾ ਚਾਹਣਾ ਜੋ ਮੇਰੇ ਜਿਹਨਸਾ ਹੈਗਾ ਜੋ ਮੈਂ ਹੰਡਾਇਆ ਕੀ ਬਾਤ ਹੈ ਜੀ ਬਿਲਕੁਲ ਬਿਲਕੁਲ ਬਸ ਇੱਕ ਕੋਸ਼ਿਸ਼ ਕੀਤੀ ਹੈ ਜੀ ਸੱਚ ਬੋਲਣ ਦੀ ਪਰਮਾਤਮਾ ਲੋ ਬਿਲਕੁਲ ਜੀ ਬਿਲਕੁਲ ਪਰਮਾਤਮਾ ਦੇ ਸਾਥੇ ਬੋਲਣ ਦਾ ਹੀ ਦੱਸਿਆ ਜੀ ਕਰਦਿਆ ਨੇ ਵੀ ਤੇ ਪਰਮਾਤਮਾ ਲੋ ਵੀ ਸਹੀ ਬਾਤ ਨਹੀਂ ਬਹੁਤ ਖੂਬ ਜੀ ਚੜ੍ਹਦੀ ਕਲਾ ਤੁਹਾਨੂੰ ਪਰਮਾਤਮਾ ਰੱਖੇ ਤੰਦਰੁਸਤੀਆਂ ਬਖਸ਼ੇ ਹਮੇਸ਼ਾ ਤੇ ਮਾਪੇ ਲਈ ਗੱਲ ਕਰਨ ਲੱਗਾ ਆਉਣ ਵਾਲਾ ਗਾਣਾ ਮੇਰਾ ਮੈਂ ਤੁਹਾਡਾ ਸ਼ੇਅਰ ਕਰ ਲੈਣਾ ਓਕੇ ਕਿਉਂਕਿ ਮਾਪੇ ਸਮਝਾਉਂਦੇ ਆ ਬੱਚੇ ਨੂੰ ਸਾਰੀ ਉਮਰ ਉਹ ਚਾਹੇ ਵੱਡਾ ਹੋ ਜਾਏ ਦੋਤੇ ਬੁਤਿਆਲਾ ਵੀ ਹੋ ਜਾਏ ਮਾਪੇ ਜੇ ਜਿੰਦਿਆਂ ਤੋਂ ਫੇਰ ਵੀ ਸਮਝਾਉਣਗੇ ਬਿਲਕੁਲ ਸਹੀ ਹੈ ਬਚਪਨ ਵਿੱਚ ਜਦ ਚੂਰੀ ਲੈਣੀ ਮਾਂ ਕੋਲ ਬਚਪਨ ਵਿੱਚ ਜਦ ਚੂਰੀ ਲੈਣੀ ਮਾਂ ਕੋਲ ਤੇ ਮਾਂ ਕਹਿੰਦੀ ਸੀ ਬਚ ਕੇ ਰਹੀ ਪੁੱਤ ਕਾਂ ਕੋਲੋਂ ਵੇ ਪੁੱਤਰਾ ਮਾਂ ਕਹਿੰਦੀ ਸੀ ਬਚ ਕੇ ਰਹੀ ਪੁੱਤ ਕਾਂ ਕੋਲੋਂ ਪੈਰ ਪੈਰ ਤੇ ਟਵਾ ਬਚ ਕੇ ਤੁਰਿਆ ਕਰ ਕਿਤੇ ਸੱਟ ਨਾ ਖਾ ਲਈ ਉੱਚੀ ਨੀਵੀਂ ਥਾਂ ਕੋਲੋਂ ਵੇ ਪੁੱਤਰਾ ਸੱਟ ਨਾ ਖਾ ਲਈ ਉੱਚੀ ਨੀਵੀਂ ਥਾਂ ਕੋਲੋਂ ਬਚਪਨ ਵਿੱਚ ਜਦ ਚੋਰੀ ਲੈਣੀ ਮਾਂ ਕੋਲੋਂ ਤੇ ਮਾਂ ਕਹਿੰਦੀ ਸੀ ਬਚ ਕੇ ਰਹੀ ਪੁੱਤ ਕਾ ਕੋਲੋਂ ਕੀ ਬਾਤ ਹੈ ਜੀ ਕੀ ਬਾਤ ਹੈ ਬਹੁਤ ਥੈਂਕ ਯੂ ਬਹੁਤ ਕੋ ਥੈਂਕ ਯੂ ਸੋ ਮਚ ਬਾਜੀ ਇੰਨੀਆਂ ਸਾਰੀਆਂ ਗੱਲਾਂ ਸਾਡੇ ਨਾਲ ਕਰਨ ਲਈ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਥੈਂਕ ਯੂ ਜੀ